ਹਾਂਜੀ ਦੋਸਤੋ ਜਮਾਤ 10 ਵਾਲਿਆਂ ਦਾ ਹੈਗਾ ਵਾ 13 ਫਰਵਰੀ ਨੂੰ ਫਾਈਨਲ ਪੇਪਰ ਆ ਬੋਰਡ ਦਾ ਪੇਪਰ ਆ 10ਵੀਂ ਜਮਾਤ ਵਾਲਿਆਂ ਦਾ ਪੰਜਾਬੀ A ਯਾਨੀ ਕਿ ਪੇਪਰ A ਤਾਂ ਇਸ ਵੀਡੀਓ ਦੇ ਵਿੱਚ ਸਾਡੇ ਕੋਲ ਇੱਕ ਇਹ ਕੁਐਸਚਨ ਪੇਪਰ ਆ ਪਿਛਲੇ ਸਾਲ ਦਾ 2023 ਦੇ ਵਿੱਚ ਜਿਹੜਾ ਪੇਪਰ ਹੋਇਆ ਸੀਗਾ ਬੋਰਡ ਦਾ ਫਾਈਨਲ ਪੇਪਰ ਦੇ ਵਿੱਚ ਆਹੀ ਕੁਐਸਚਨ ਪੇਪਰ ਆਇਆ ਸੀਗਾ ਠੀਕ ਹੈ ਜੀ ਤੇ ਅਸੀਂ ਇਸ ਨੂੰ ਸੋਲਵ ਕਰ ਲਿਆ ਵਾ ਤੇ ਹੁਣ ਤੁਹਾਡੀ ਤਿਆਰੀ ਕਰਾ ਦਿੰਨੇ ਆ ਤਾਂ ਦੇਖ ਲਓ ਇਹ ਜਿਹੜਾ ਪੇਪਰ ਆ ਤੁਹਾਨੂੰ 10ਵੀਂ ਜਮਾਤ ਦਾ ਪੰਜਾਬੀ A ਦਾ 65 ਨੰਬਰਾਂ ਦਾ ਪੇਪਰ ਆਏਗਾ 3 ਘੰਟੇ ਦਾ ਸਮਾਂ ਮਿਲੇਗਾ ਠੀਕ ਹੈ ਜੀ ਤੇ ਇਹ ਬੋਰਡ ਦਾ ਫਾਈਨਲ ਪੇਪਰ ਆ ਪਿਛਲੇ ਸਾਲ ਦਾ 2023 ਦਾ ਤੇ ਇਹ ਤੁਹਾਡਾ 2024 ਜੇ ਇਗਜ਼ਾਮ ਹੋਣਾ ਵੈਰੀ ਇੰਪੋਰਟੈਂਟ ਹੈ ਪ੍ਰਸ਼ਨ ਉੱਤਰ ਨੇ ਠੀਕ ਹੈ ਜੀ ਤਾਂ ਦੇਖੋ ਪਹਿਲਾ ਪ੍ਰਸ਼ਨ ਜਿਹੜਾ ਹੈਗਾ ਸੁੰਦਰ ਲਿਖਾਈ ਲਈ ਰੱਖਵਾ ਰੱਖੇਗਾ ਪੰਜ ਅੰਕ ਤੁਹਾਨੂੰ ਸੁੰਦਰ ਲਿਖਾਈ ਦੇ ਮਿਲਣਗੇ ਦੂਸਰਾ ਪ੍ਰਸ਼ਨ ਬਸਤੂ ਨੇ ਸਪੈਸ਼ਲ ਹੈ ਪਹਿਲਾ ਪ੍ਰਸ਼ਨ ਦੇਖੋ ਕਿ ਇੱਕ ਹੋਰ ਨਵਾਂ ਸਾਲ ਦੇ ਕਾਂਡ 2 ਦੇ ਕਿਸੇ ਇੱਕ ਪਾਤਰ ਦਾ ਨਾਮ ਲਿਖੋ ਤਾਂ ਇਹਦਾ ਅਨਸਰ ਆਏਗਾ ਆਪਣਾ ਦਿਆਲਾ ਠੀਕ ਹੈ ਜੀ ਜਾਂ ਫਿਰ ਦੋਸਤੋ ਤੁਸੀਂ ਕੋਈ ਹੋਰ ਵੀ ਲਿਖ ਸਕਦੇ ਹੋ ਜੋ ਕਿ ਕਾਂਡ 2 ਦਾ ਪਾਤਰ ਹੋਵੇ ਅੱਗੇ ਆਪਣਾ ਗੁਰੂ ਅੰਗਦ ਦੇਵ ਜੀ ਕਿਸ ਕਾਵਤਾਰ ਤੀਸਰਾ ਪ੍ਰਸ਼ਨ ਚੰਡੀ ਦੀ ਵਾਰ ਦੀ ਰਚਨਾ ਕਿਸ ਨੇ ਕੀਤੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਅੱਗੇ ਆਪਣਾ ਕੀ ਘਰ ਇੱਟਾਂ ਜਾਂ ਫਿਰ ਬਟਿਆਂ ਦੇ ਬਣੇ ਕੋਠੇ ਨੂੰ ਕਹਿੰਦੇ ਹਨ ਤਾਂ ਗਲਤ ਕਿਉਂਕਿ ਦੋਸਤੋ ਇਹ ਜਿਹੜਾ ਹੈਗਾ ਘਰ ਇੱਕ ਉਹ ਕੋਠੇ ਇੱਟਾਂ ਜਾਂ ਫਿਰ ਬਟਿਆਂ ਦੇ ਬਣੇ ਕੋਠੇ ਨੂੰ ਨਹੀਂ ਕਹਿੰਦੇ ਹਨ ਉਹ ਦੋਸਤੋ ਇੱਥੇ ਕੀ ਹੁੰਦਾ ਵਾ ਮਾਂ ਪੈਣ ਦਾ ਜਿਹੜਾ ਹੈਗਾ ਪਿਆਰ ਮਤਲਬ ਦੋਸਤੋ ਥੇ ਹੋਇਆ ਹੁੰਦਾ ਵਾ ਮਤਲਬ ਆਪਾਂ ਉਹਨਾਂ ਦਾ ਲਾਡ ਪਿਆਰ ਨਾਲ ਉੱਥੇ ਪਾ ਪਾਲਿਆ ਹੁੰਦਾ ਵਾ ਇੱਕ ਭਰਾ ਨੂੰ ਜਿਹੜਾ ਹੈਗਾ ਵਾ ਪੈਣ ਦੇ ਅਕੋਰਡਿੰਗ ਤੇ ਮਾਹ ਦੇ ਅਕੋਰਡਿੰਗ ਦੋਸਤੋ ਇੱਕ ਬੇਟੇ ਨੂੰ ਅੱਗੇ ਆਪਣਾ ਦੋਸਤ ਰਬਾਬ ਮਗਾਉਣ ਦਾ ਵਰਤਾਂਤ ਲੇਖ ਦਾ ਲੇਖਕ ਕੌਣ ਹੈ ਤਾਂ ਗਿਆਨੀ ਦਿੱਤ ਸਿੰਘ ਅੱਗੇ ਆਪਣਾ ਬਾਗੀ ਦੀ ਦੀ ਕਹਾਣੀ ਇਸ ਕਹਾਣੀ ਘਰ ਦੀ ਲਿਖੀ ਹੋਈ ਹੈ ਕਿਸ ਕਹਾਣੀਕਾਰ ਦੀ ਲਿਖੀ ਹੋਈ ਹੈ ਤਾਂ ਗੁਰਮukh ਸਿੰਘ ਮੁਸਾਫਿਰ ਦੀ ਕੁਲਫੀ ਕਹਾਣੀ ਦੇ ਕਿਸੇ ਇੱਕ ਪਾਤਰ ਦਾ ਨਾਮ ਲਿਖੋ ਕਹਾਣੀਕਾਰ ਜਾਂ ਫਿਰ ਕਾਕਾ ਬਲਵੰਤ ਗਾਰਗੀ ਅ ਦੇ ਕਿਹੜੀ ਕਾਂਗੀ ਵਣਗੀ ਵਿੱਚ ਦਰਜ ਹੈ ਤਾਂ ਬੰਬਕੇਸ ਸਮੁੰਦਰ ਪਾਰੀ ਕਾਂਗੀ ਅਨੁਸਾਰ ਬਲਵੰਤ ਢਿੱਲੂ ਹਰਦੇਵ ਦਾ ਕੀ ਲੱਗਦਾ ਸੀ ਤਾਂ ਦੋਸਤ ਲੱਗਦਾ ਸੀ ਅੱਗੇ ਇੱਕ ਹੋਰ ਨਵਾਂ ਸਾਲ ਦੇ ਕਾਂਡ ਤਿੰਨ ਦਾ ਕੀ ਨਾਮ ਹੈ ਤਾਂ ਸ਼ਾਮ ਉਹ ਗਏ ਹੈ ਆਪਣਾ ਪ੍ਰਸ਼ਨ ਤੀਸਰਾ ਜੋ ਕਿ ਤੁਹਾਨੂੰ ਦੇਖ ਲੋ ਕੀ ਹੈ 10 ਮਾਰਕਸ ਦੀ ਆਏਗੀ ਠੀਕ ਹੈ ਜੀ ਪ੍ਰਸੰਗ ਸਹਿਤ ਵਿਆਖਿਆ ਬਾ ਤੁਹਾਡੀ ਇਹ ਤਾਂ ਦੇਖੋ ਕੀ ਹੈ ਆਪਣਾ ਸਭ ਤੋਂ ਪਹਿਲਾ ਹੈਗਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪੱਤ ਸ਼ਾਹੀ ਫੌਜਾਂ ਭਾਰੀਆਂ ਨਹੀਂ ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤਿੰਗਾ ਮਾਰੀਆਂ ਨਹੀਂ ਤਾਂ ਇਹਦਾ ਆਨਸਰ ਅਸੀਂ ਲੱਭ ਲਿਆ ਵਾ ਤਾਂ ਆ ਰਿਹਾ ਦੋਸਤੋ ਆਹੀ ਹੋਇਆ ਨਾ ਤੁਹਾਡਾ ਪ੍ਰਸ਼ਨ ਸੇਮ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਤਾਂ ਪ੍ਰਸੰਗ ਇਹਦਾ ਇਸ ਤਰ੍ਹਾਂ ਲਿਖਣਾ ਵਾ ਇਹ ਕਾਪਟ ਟੋਟਾ ਸ਼ਾ ਮੁਹੰਮਦ ਦੀ ਰਚਨਾ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਵਿੱਚੋਂ ਲਿਆ ਗਿਆ ਹੈ ਜੋ ਸਾਡੀ ਪਾਠ ਪੁਸਤਕ ਸਹਿਤ ਮਾਲਾ ਵਿੱਚ ਜੰਗ ਦਾ ਹਾਲ ਸਿਰਲੇਖ ਹੇਠ ਦਰਜ ਹੈ ਕਵੀ ਨੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਸਿੱਖ ਦਰਬਾਰ ਵਿੱਚ ਫੈਲੀ ਜਿਹੜੀ ਹੈਗੀ ਆ ਬੁਰਛਾ ਗਰਦੀ ਅਤੇ ਅੰਗਰੇਜ਼ਾਂ ਤੇ ਸਿੰਘਾਂ ਦੀਆਂ ਲੜਾਈਆਂ ਦਾ ਵਰਣਨ ਕੀਤਾ ਹੈ ਇਹਨਾਂ ਸਤਰਾਂ ਵਿੱਚ ਕਵੀ ਸਿੱਖ ਫੌਜਾਂ ਦੀ ਹਾਰ ਸੰਬੰਧੀ ਆਪਣੇ ਵਿਚਾਰ ਪ੍ਰਗਟ ਕਰਦਾ ਹੈ ਵਿਆਖਿਆ ਸ਼ਾਹ ਮੁਹੰਮਦ ਸਿੰਘਾਂ ਤੇ ਅੰਗਰੇਜ਼ਾਂ ਦੀਆਂ ਲੜਾਈਆਂ ਸੰਬੰਧੀ ਆਪਣਾ ਫੈਸਲਾ ਦਿੰਦਾ ਹੋਇਆ ਕਹਿੰਦਾ ਹੈ ਕਿ ਇਹ ਪੰਜਾਬ ਦੀ ਜੰਗ ਸੀ ਅੰਗਰੇਜ਼ਾਂ ਅੰਗਰੇਜ਼ ਰਾਜ ਤੇ ਸਿੱਖ ਰਾਜ ਦੋਹਾਂ ਬਾਦਸ਼ਾਹਾਂ ਦੀਆਂ ਫੌਜਾਂ ਬਹੁਤ ਹੀ ਭਾਰੀਆਂ ਸਨ ਖਾਲਸਾ ਫੌਜੇ ਇੰਨੀ ਬਹਾਦਰੀ ਨਾਲ ਲੜੀ ਕੀ ਜਿਹੜਾ ਹੈਗਾ ਵਾ ਇਨਾਮ ਦੇ ਕੇ ਉਹਨਾਂ ਦੀ ਬਹਾਦਰੀ ਦਾ ਮੁੱਲ ਪਾਉਂਦਾ ਹੈ ਠੀਕ ਹੈ ਜੀ ਜੰਗ ਇੰਨੀ ਭਿਆਨਕ ਸੀ ਕਿ ਘੋੜੇ ਤੇ ਆਦਮੀ ਗੋਲੀਆਂ ਨਾਲ ਹੀ ਉੜਦੇ ਸਨ ਤੇ ਹਾਥੀ ਆਪਣੇ ਜਿਹੜੇ ਹੈਗੇ ਆ ਖੋਦਿਆਂ ਸਮੇਤ ਹੀ ਟੈ ਰਹੇ ਸਨ ਕਬੀ ਆਖਦਾ ਹੈ ਕਿ ਖਾਲਸਾ ਫੌਜਾਂ ਜਾਂ ਫਿਰ ਜਿੱਤਿਆਂ ਜਿੱਤਿਆਂ ਪਈਆਂ ਸਨ ਠੀਕ ਹੈ ਜੀ ਕਬੀ ਆਖਦਾ ਹੈ ਕਿ ਖਾਲਸਾ ਫੌਜਾਂ ਜਿਹੜੀਆਂ ਸੀਗੀਆਂ ਫੌਜਾਂ ਤਾਂ ਜਿੱਤੀਆਂ ਪਈਆਂ ਸਨ ਪਰ ਉਹਨਾਂ ਦੀ ਹਾਰ ਕੇਵਲ ਇਸੇ ਕਾਰਨ ਹੋਈ ਕਿਉਂਕਿ ਉਹਨਾਂ ਦੀ ਅਗਵਾਈ ਮਹਾਰਾਜਾ ਰਣਜੀਤ ਸਿੰਘ ਵਰਗੇ ਬਹਾਦਰ ਤੇ ਕਦਰਦਾਨ ਵਿਅਕਤੀ ਦੇ ਹੱਥ ਵਿੱਚ ਨਹੀਂ ਸੀ ਠੀਕ ਹੈ ਜੀ ਤਾਂ ਇਹ ਤੁਹਾਡਾ ਆਨਸਰ ਹੋ ਗਿਆ ਉਸ ਤੋਂ ਬਾਅਦ ਆਪਣਾ ਹੈਗਾ ਵਾ ਆਪਣਾ ਇਹ ਭਾਗੂ ਹੋਆ ਗੁਰੂ ਸੰਤ ਮਿਲਾਇਆ ਠੀਕ ਹੈ ਜੀ ਤਾਂ ਇਹ ਵੀ ਅਸੀਂ ਜਿਹੜਾ ਹੈਗਾ ਵਾ ਲੱਭ ਲਿਆ ਆ ਦੇਖੋ ਦੋਸਤੋ ਆਪਣਾ ਆਈ ਹੈ ਨਾ ਫਗੂ ਹੋਆ ਗੁਰੂ ਸੰਤ ਮਿਲਾਇਆ ਤਾਂ ਦੇਖੋ ਪ੍ਰਸੰਗ ਕੀ ਹੈ ਇਹ ਕਬ ਟੋਟਾ ਸਹਿਤ ਮਾਲਾ ਪੁਸਤਕ ਵਿੱਚ ਦਰਜ ਗੁਰੂ ਅਰਜਨ ਦੇਵ ਜੀ ਦੀ ਬਾਣੀ ਮੇਰਾ ਮਨ ਅਲੋਚੇ ਗੁਰਦਰਸ਼ਨ ਹਾਂਜੀ ਗੁਰਦਰਸ਼ਨ ਤਾਂ ਆਏ ਵਿੱਚੋਂ ਲਿਆ ਗਿਆ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਸ ਬਾਣੀ ਦੇ ਪਹਿਲੇ ਤਿੰਨ ਜਿਹੜੇ ਹੈਗੇ ਆ ਬੰਦਾਂ ਵਿੱਚ ਗੁਰੂ ਸਾਹਿਬ ਨੇ ਆਪਣੇ ਗੁਰੂ ਪਿਤਾ ਦੇ ਵਿਛੋੜੇ ਦੇ ਚੌਥੇ ਬੰਦ ਵਿੱਚ ਮਿਲਾਪ ਦੀ ਅਵਸਥਾ ਨੂੰ ਬਿਆਨ ਕੀਤਾ ਹੈ ਚੌਥੇ ਬੰਦ ਦੀ ਇਹਨਾਂ ਸਤਾਰਾਂ ਵਿੱਚ ਗੁਰੂ ਜੀ ਨੇ ਭਾਗਾ ਨਾਲ ਪ੍ਰਾਪਤ ਹੋਏ ਗੁਰੂ ਪਿਤਾ ਦੇ ਮਿਲਾਪ ਅਤੇ ਉਸ ਦੀ ਕਿਰਪਾ ਨਾਲ ਹੋਈ ਪ੍ਰਭੂ ਦੀ ਪ੍ਰਾਪਤੀ ਤੇ ਉਸ ਤੋਂ ਮਿਲੀ ਖੁਸ਼ੀ ਦਾ ਨੂਜ ਜਿਹੜਾ ਹੈਗਾ ਬਿਆਨ ਕੀਤਾ ਹੈ ਵਿਆਖਿਆ ਕੀ ਹੈ ਗੁਰੂ ਪਿਤਾ ਦਾ ਮਿਲਾਪ ਪ੍ਰਾਪਤ ਹੋ ਜਾਣ ਤੇ ਗੁਰੂ ਜੀ ਫਰਮਾਉਂਦੇ ਹਨ ਕਿ ਬੜੇ ਭਾਗਾ ਦੀ ਗੱਲ ਹੈ ਕਿ ਪ੍ਰਭੂ ਨੇ ਗੁਰੂ ਸੰਤਾ ਨਾਲ ਮਿਲਾ ਮਿਲਾ ਦਿੱਤਾ ਹੈ ਉਹਨਾਂ ਦੀ ਸਿੱਖਿਆ ਨਾਲ ਮੈਂ ਜਿਹੜਾ ਹੈਗਾ ਬ ਅਭਿਨਾਸ਼ੀ ਪ੍ਰਭੂ ਨੂੰ ਆਪਣੇ ਹਿਰਦੇ ਕਰ ਵਿੱਚੋਂ ਹੀ ਪਾ ਲਿਆ ਹੈ ਮੈਂ ਹੁਣ ਹਰ ਸਮੇ ਗੁਰੂ ਜੀ ਦੀ ਸੇਵਾ ਕਰ ਗੁਰੂ ਜੀ ਦੀ ਹੀ ਜਿਹੜੀ ਸੇਵਾ ਕਰਾਂਗਾ ਤੇ ਇੱਕ ਪਲ ਜਾਂ ਫਿਰ ਦੋਸਤੋ ਜਿਹੜਾ ਹੈਗਾ ਵਾ ਚਸਾ ਵੀ ਉਹਨਾਂ ਪਾਸੋਂ ਦੂਰ ਨਹੀਂ ਹੋਵਾਂਗਾ ਹੇ ਗੁਰੂ ਜੀ ਮੈਂ ਆਪ ਦਾ ਦਾਸ ਹਾਂ ਮੈਂ ਆਪ ਤੋਂ ਕੁਰਬਾਨ ਜਿਹੜਾ ਹੈਗਾ ਵਾ ਮੈਂ ਆਪ ਤੋਂ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਮੈਨੂੰ ਪ੍ਰਭੂ ਨਾਲ ਮਿਲਾਇਆ ਹੈ ਤਾਂ ਇਹ ਤੁਹਾਡਾ ਜਿਹੜਾ ਹੈਗਾ ਆਨਸਰ ਹੋ ਜਾਏਗਾ ਉਸ ਤੋਂ ਬਾਅਦ ਹੈ ਆਪਣਾ ਸਾਈ ਜਿੰਨਾਂਦੜੇ ਵਾਲੇ ਠੀਕ ਹੈ ਜੀ ਤਾਂ ਆਹ ਵੀ ਅਸੀਂ ਜਿਹੜਾ ਹੈਗਾ ਵਾ ਲਬਲਿਆ ਵਾ ਆ ਦੇਖੋ ਦੋਸਤੋ ਸਾਈ ਜਿਨਾ ਦੜੇ ਵਾਲੇ ਠੀਕ ਹੈ ਜੀ ਅੰਧੜੇ ਵਾਲੇ ਤਿੰਨਾਂ ਨੂੰ ਗੰਮ ਜਿਹੜਾ ਹੈਗਾ ਕਹਿੰਦਾ ਵੇ ਲੋਕਾ ਠੀਕ ਹੈ ਜੀ ਆ ਦੇਖ ਲਓ ਜਿਹੜਾ ਹੈਗਾ ਵਾ ਤਿੰਨਾਂ ਨੂੰ ਗੰਮ ਕਹਿੰਦਾ ਵੇ ਲੋਕਾ ਤਾਂ ਆਹੀ ਸੇਮ ਦੋਸਤੋ ਤੁਹਾਡਾ ਸਿਲਬ ਲਬ ਲਿਆ ਬਾ ਤਾਂ ਅਨਸਰ ਦੇਖੋ ਕੀ ਇਹਦਾ ਪ੍ਰਸੰਗ ਇਹ ਕਬਟੋਟਾ ਸ਼ਾ হোসেন ਦੀ ਲਿਖੀ ਹੋਈ ਹੈ ਇੱਕ ਕਾਫੀ ਹੈ ਜੋ ਕਿ ਸਹਿਤਮਾਲਾ ਪੁਸਤਕ ਵਿੱਚ ਸਾਈ ਜਿਨ੍ਹਾਂ ਦੇ ਵੱਲ ਸਿਰਲੇਖੇੜ ਦਰਜ ਹੈ ਇਸ ਕਾਫੀ ਵਿੱਚ ਸ਼ਾ হোসেন ਨੇ ਇਹ ਭਾਵ ਅੰਕਿਤ ਕੀਤਾ ਹੈ ਕਿ ਜਿਨ੍ਹਾਂ ਉਤੇ ਰਬੀਮਹਿਰ ਹੁੰਦੀ ਹੈ ਉਸ ਉਹਨਾਂ ਨੂੰ ਜਿਹੜਾ ਹੈਗਾ ਕਿਸੇ ਦਾ ਕੋਈ ਗਮ ਡਰ ਜਾਂ ਫਿਰ ਫਿਕਰ ਨਹੀਂ ਹੁੰਦਾ ਅਰਤਤ ਉਹ ਬੇਪਰਵਾ ਹੁੰਦੇ ਹਨ ਵਿਆਖਿਆ ਕੀ ਹੈ ਸ਼ਾ হোসেন ਇਸਤਰੀ ਰੂਪ ਵਿੱਚ ਕਹਿੰਦਾ ਹੈ ਕਿ ਜਿਨ੍ਹਾਂ ਵੱਲ ਰੱਬ ਜਿਹੜਾ ਹੈਗਾ ਆਪ ਹੁੰਦਾ ਹੈ ਅਰਥਾਤ ਜਿਨ੍ਹਾਂ ਉੱਤੇ ਰਵੀ ਮਹਿਰ ਹੁੰਦੀ ਹੈ ਉਹਨਾਂ ਨੂੰ ਕਿਸੇ ਦਾ ਗਮ ਡਰ ਜਾਂ ਫਿਰ ਫਿਕਰ ਨਹੀਂ ਹੁੰਦਾ ਹੈ ਉਹ ਜੀਵ ਰੂਪ ਇਸਤਰੀਆਂ ਚੰਗੀਆਂ ਨਹੀਂ ਆ ਹਾਂਜੀ ਉਹ ਜੀਵ ਰੂਪ ਇਸਤਰੀਆਂ ਚੰਗੀਆਂ ਹਨ ਜਿਨ੍ਹਾਂ ਦੇ ਦਿਲ ਵਿੱਚ ਰਵੀ ਸ਼ਕਦੀ ਪੁਰਾਣੀ ਲਗਨ ਹੋਣ ਕਰਕੇ ਉਹ ਰਵੀ ਪ੍ਰੇਮ ਦੇ ਪਾਸੇ ਵੱਲ ਲੱਗਦੀਆਂ ਹਨ ਮੈਂ ਆਪਣੇ ਸਿਰ ਉੱਪਰ ਰਵੀ ਸ਼ਕਦੀ ਟੋਕਰੀ ਚੁੱਕ ਕੇ ਦਰ ਦਰ ਤੇ ਹੋਕਾ ਦਿੰਦੀ ਹੋਈ ਰਵੀਸ਼ ਕੇ ਦਾ ਜਿਹੜਾ ਹੈਗਾ ਵਾ ਬਣਜ ਕਰ ਰਹੀ ਹਾਂ ਤਾਂ ਇਹ ਤੁਹਾਡਾ ਜਿਹੜਾ ਹੈਗਾ ਆਨਸਰ ਹੋ ਜਾਏਗਾ ਉਸ ਤੋਂ ਬਾਅਦ ਹੈਗਾ ਆਪਣਾ ਕੁਝ ਡਿਗਦੀ ਟੈਂਦੀ ਉੱਠਦੀ ਬੰਦੀ ਤੇ ਦਮ ਲੈਂਦੀ ਤਾਂ ਆ ਵੀ ਅਸੀਂ ਲ블ਲੇ ਆ ਰੇਖਾ ਦੋਸਤੋ ਕੁਝ ਡਿਗਦੀ ਕੁਝ ਠੰਡੀ ਉੱਠਦੀ ਬੈਂਦੀ ਤੇ ਦਮ ਲੈਂਦੀ ਤਾਂ ਇਹਦਾ ਅਨਸਰ ਦੇਖੋ ਦੋਸਤੋ ਕੀ ਹੈ ਇਹਦਾ ਪਸੰਗ ਆਏਗਾ ਸਭ ਤੋਂ ਪਹਿਲਾ ਇੱਕ ਆਪਟਾ ਸਹਿਤ ਮਲਾ ਪੁਸਤਕ ਵਿੱਚ ਦਰਜ ਹਾਸ਼ਮ ਸਾਦੀ ਰਚਨਾ ਹੈ ਕਿੱਸਾ ਸਸੀ ਪੁੰਨੋ ਵਿੱਚੋਂ ਲਿਆ ਗਿਆ ਹੈ ਇਸ ਕਵੀ ਨੇ ਇਸ ਵਿੱਚ ਕਵੀ ਨੇ ਮਰਤਲ ਵਿੱਚ ਆਪਣੇ ਪ੍ਰੀਤਮ ਪੰਨੂ ਦੀ ਜਿਹੜੀ ਹੈਗੀ ਡਾਚੀ ਦਾ ਖੁਰਾ ਲੱਭ ਰਹੀ ਸਸੀ ਦੀ ਦੁੱਖ ਭਰੀ ਅਵਸਥਾ ਨੂੰ ਬਿਆਨ ਕੀਤਾ ਹੈ ਵਿਆਖਿਆ ਕੀ ਹੈ ਤਪਦੇ ਮਰਤਲ ਵਿੱਚ ਸਸੀ ਕੁਝ ਡਿਗਦੀ ਠੰਡੀ ਤੇ ਕੁਝ ਉੱਠਦੀ ਵੰਦੀ ਹੋਈ ਦਮ ਲੈ ਕੇ ਜਾ ਰਹੀ ਸੀ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕਿ ਕਿਸੇ ਸ਼ਰਾਬ ਨੂੰ ਸ਼ਰਾਬ ਦੀ ਜਿਹੜੀ ਟੋਟ ਆ ਗਈ ਹੋਵੇ ਕਿਸੇ ਨੂੰ ਜਿਹੜੀ ਸ਼ਰਾਬ ਦੀ ਟੋਟ ਆ ਗਈ ਹੋਵੇ ਉਹ ਡਿਗਣ ਮਗਰੋਂ ਫਿਰ ਉੱਠਦੀ ਸੀ ਅਤੇ ਅੱਗੇ ਚੱਲ ਪੈਂਦੀ ਸੀ ਉਹ ਲੱਭ ਰਹੀ ਸੀ ਕਿ ਉਸ ਨੂੰ ਕਿਸੇ ਪਾਸੇ ਜਿਹੜਾ ਹੈਗਾ ਵਾ ਪੰਨੂ ਦੇ ਉੱਠ ਦਾ ਖੁਰਾ ਮਿਲ ਜਾਵੇ ਪਰ ਉਸ ਨੂੰ ਉਹ ਉਹ ਜਿਹੜਾ ਹੈਗਾ ਵਾ ਕਿਸੇ ਪਾਸੇ ਮਿਲ ਨਹੀਂ ਸੀ ਰਿਹਾ ਹਾਸ਼ਮ ਕਹਿੰਦਾ ਹੈ ਕਿ ਇਸ ਤਰ੍ਹਾਂ ਜਿਹੜੇ ਪ੍ਰੇਮੀ ਪਿਆਰ ਨੂੰ ਤੋੜੇ ਨਿਬੰਧੇ ਹਨ ਸੰਸਾਰ ਉਹਨਾਂ ਦੀ ਪ੍ਰੀਤ ਦੇ ਕਿਸੇ ਗਉਂਦਾ ਹੈ तो यह आंसर हो जाएगा उस तो बाद है अपना चौथा प्रश्न है, है तो देख लो ये चार मार्क्स की तहन तो आनी है केंद्रीय भाव आठ ठीक है जी तो देखो कि ये सब तो पहला इश्क की नवियों नवी बहार जो कि बुले शाह की रचना है बुले शाह जी की तो देखो आंसर यद की है दोस्तों अपना हाँ जी आई है ना इश्क की नवी नवी व्यवहार तो देखो कि इश्क हकीकी उत्ते जड़ा है तुरं वाला सूफी रब न एक मिकता की नवीं बहार का आनंद लेंदा है उस सारे धार्मिक कर्म कांड ਉਕੇ ਪ੍ਰਤੀਤ ਹੁੰਦੇ ਜਿਹੜੇ ਹੈਗੇ ਹੁਣ ਲੱਗਦੇ ਹਨ ਉਹ ਆਪਣੇ ਅੰਦਰ ਬਾਹਰ ਹਰ ਥਾਂ ਪ੍ਰਮਾਤਮਾ ਦਾ ਵਾਸਾ ਅਨੁਭਵ ਕਰਦਾ ਹੋਇਆ ਉਸ ਨਾਲ ਇਕਮਿਕ ਹੋ ਜਾਂਦਾ ਹੈ ਤਹੀਂ ਤੁਹਾਡਾ ਹੋ ਗਿਆ ਉਸ ਤੋਂ ਬਾਅਦ ਆਪਣਾ ਅਗਲਾ ਹੈਗਾ ਵਾ ਸਤਿਗੁਰੂ ਨਾਨਕ ਪ੍ਰਗਟਿਆ ਭਾਈ ਗੁਰਦਾਸ ਜੀ ਦੀ ਹੈ ਰਚਨਾ ਵਾ ਤਾਂ ਦੇਖੋ ਸਤਿਗੁਰੂ ਨਾਨਕ ਪ੍ਰਗਟਿਆ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਇਹਨਾਂ ਦਾ ਇਹ ਕੇਂਦਰੀ ਭਾਵ ਹੈ ਠੀਕ ਹੈ ਜੀ ਕਵਿਤਾ ਦਾ ਕੇਂਦਰੀ ਭਾਵ ਦੇਖੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਨਾਲ ਸੰਸਾਰ ਵਿੱਚ ਪਸਰਿਆ ਅਗਿਆਨਤਾ ਦੇ ਹਨੇਰੇ ਤੇ ਪਾਪਾਂ ਦਾ ਜਿਹੜਾ ਹੈਗਾ ਬਨਾਸ਼ ਹੋ ਗਿਆ ਗੁਰੂ ਜੀ ਨੇ ਥਾਥਾ ਸੱਚ ਤੇ ਧਰਮ ਦਾ ਪ੍ਰਚਾਰ ਕੀਤਾ ਇਸੇ ਪ੍ਰਕਾਰ ਚਾਰੇ ਦਿਸ਼ਾਵਾਂ ਤੇ ਨੌ ਖੰਡ ਧਰਤੀ ਨੂੰ ਧਾਰ ਦਿੱਤਾ ਤਾਂ ਇਹ ਤੁਹਾਡਾ ਆਨਸਰ ਹੋ ਗਿਆ ਉਸ ਤੋਂ ਬਾਅਦ ਹੈ ਆਪਣਾ ਪੰਜਵਾਂ ਪ੍ਰਸ਼ਨ ਜੋ ਕਿ ਦੋਸਤੋ 6 ਮਾਰਕਸ ਦੀ ਤੁਹਾਨੂੰ ਆਉਣੀ ਆ ਸਾਰਾ ਠੀਕ ਹੈ ਜੀ ਤਾਂ ਦੇਖੋ ਕੀ ਹੈ ਮਹਾ ਕਵੀ कालिदास जो कि प्रोफेसर प्यारा सिंह पदम की लिखी हुई है तो देखो आंसर दोस्तों की अपना महाकवि कालिदास कालीदास देखो किसी हिंदुस्तानी कलाकार अनुसार कविता महाकवि कालिदास की प्रतिमा सी दोहि प्रेम जुड़ी बनी कि दोवें अमर हो गए कालिदास ने कालिदास कलिदास माता पिता थां टिकाने धर्म जाति बारे सानू कुछ पता नहीं है खोजे अनुसार ये ठीक है जी की है वसा तो छपंजा बरे पहला होए बादशाह बिक्रमजीत पहला ਪਹਿਲੇ ਦੇ ਨੌ ਦਰਬਾਰੀਆਂ ਰਤਨਾ ਵਿੱਚੋਂ ਇੱਕ ਸਨ ਉਸਦੇ ਲਿਖੇ ਚਾਰ ਕਾਵਿਅ ਯਾਨੀ ਕਿ ਰਗੁਵੰਸ਼, ਕੁਮਾਰ ਸੰਭਵ, ਰਿਤੂ ਸੰਹਾਰ ਤੇ ਮੇਗਦੂਤ ਅਤੇ ਜਿਹੜਾ ਹੈਗਾ ਤਿੰਨ ਨਾਟਕ ਅਭਿਗਿਆਨ ਹਾਂਜੀ ਅਭਿਗਿਆਨ ਸੰਗੁੰਤਲਾ ਤੇ ਆਪਣਾ ਦੋਸਤੋ ਵਿਕਰਮ ਬਰਵਸ਼ੀ ਅਤੇ ਜਿਹੜਾ ਹੈਗਾ ਦੋਸਤੋ ਮਾਲ ਵਿਕਾਗਨੀ ਮ੍ਰਿਤ ਠੀਕ ਹੈ ਜੀ ਮਾਲ ਵਿਕਾਗਨਰੀ ਮ੍ਰਿਤ ਪ੍ਰਸਿੱਧ ਹਨ ਉੰਜ ਉਸ ਦੇ ਨਾਂ ਨਾਲ 10 15 ਪੁਸਤਕਾਂ ਹੋਰ ਵੀ ਜੁੜੀਆਂ ਜਾਂਦੀਆਂ ਹਨ ਜੋ ਪ੍ਰਮਾਣਿਕ ਨਹੀਂ ਹਨ ਠੀਕ ਹੈ ਜੀ ਉਸ ਦੇ ਨਾਟਕ ਭਾਰਤੀ ਨਾਟਕ ਜਿਹੜੇ ਹੈਗੇ ਨਾਟ ਪਰੰਪਰਾ ਅਨੁਸਾਰ ਸੁਖਾਂਤ ਹਨ ਉਸ ਦੀ ਕਵਿਤਾ ਕੱਚਾ ਦੁੱਧ ਹੈ ਜੋ ਕਿ ਇਹ ਚਮਤਕਾਰਾਂ ਉਪਮਾਵਾਂ ਕਠਾਕਸ਼ ਹਾਂਜੀ ਕਠਾਕਸ਼ ਸੁੰਦਰ ਸ਼ਦਾਵਲੀ ਜਿਹੜੀ ਹੈਗੇ ਦੋਸਤੋ ਤੇ ਸੰਕੇਤਕ ਬਿਆਨ ਨਾਲ ਭਰਪੂਰ ਹੈ ਪੂਰਬੀ ਲੋਕ ਉਸ ਦਾ ਨਾਂ ਕਵਿਤਾ ਦਾ ਸਭ ਤੋਂ ਉੱਚੀ ਮਿਆਰ ਦੱਸਣ ਵਾਲੇ ਬਰਤ ਦੇ ਹਨ ਤੇ ਪੱਛਮੀ ਲੋਕ ਉਸ ਨੂੰ ਹਿੰਦੁਸਤਾਨ ਦਾ ਸ਼ੈਕਸਪੀਅਰ ਵੀ ਕਹਿੰਦੇ ਹਨ ਸਮੁੱਚੇ ਤੌਰ ਤੇ ਉਸ ਦੀ ਕਵਿਤਾ ਜਿਹੜੀ ਹੈਗੀ ਆ ਅਮਰ ਹੈਗੀ ਹੈ ਦੋਸਤੋ ਉਸ ਤੋਂ ਬਾਅਦ ਆਪਣਾ ਅਗਲਾ ਹੈਗਾ ਬ ਪ੍ਰਾਰਥਨਾ ਠੀਕ ਹੈ ਜੀ ਜੋ ਕਿ ਡਾਕਟਰ ਬਲਬੀਰ ਸਿੰਘ ਜੀ ਦੁਆਰਾ ਲਿਖੀ ਗਈ ਆ ਤਾਂ ਦੇਖੋ ਕੀ ਹੈ ਪ੍ਰਾਰਥਨਾ ਤਾ ਅਰਦਾਸ ਮਨੁੱਖ ਦੀ ਜੀਵਨ ਲਈ ਇੱਕ ਜ਼ਰੂਰੀ ਵਸਤੂ ਹੈ ਵੱਡੇ ਵੱਡੇ ਰਾਠਾ ਤੇ ਸਿਆਣਿਆਂ ਨੂੰ ਵੀ ਇਸ ਦੀ ਜ਼ਰੂਰਤ ਪੈਂਦੀ ਹੈ ਸਿੱਖ ਧਰਮ ਵਿੱਚ ਇਸ ਦੀ ਖਾਸ ਮਹਾਨਤਾ ਹੈ ਸਾਰੀਆਂ ਰਸਮਾਂ ਰੀਤਾਂ ਤੇ ਹਾਂਜੀ ਸਾਰੀਆਂ ਰਸਮਾਂ ਰੀਤਾਂ ਤੇ ਆਪਣੀ ਜਿਹੜੀ ਹੈ ਗਿਆ ਪਰਮਾਰਥਕ ਸਾਧਨਾ ਦੀ ਥਾਂ ਸਿੱਖ ਦੀ ਇੱਕ ਅਰਦਾਸ ਹੀ ਕਾਫੀ ਹੈ ਠੀਕ ਹੈ ਜੀ ਅਰਦਾਸ ਇੱਕ ਫਰਜ਼ ਹੈ ਇਸ ਦੇ ਉੱਤਰ ਦੀ ਜ਼ਰੂਰਤ ਨਹੀਂ ਹੁੰਦੀ ਹੈ ਸਿੱਖ ਦੀ ਅਰਦਾਸ ਨਿਰਾਲੀ ਹੈ ਇਸ ਨਾਲ ਉਹ ਨਿੱਜ ਤੋਂ ਉੱਪਰ ਉੱਠ ਕੇ ਸਰਬੱਤ ਦੇ ਭਲੇ ਵਿੱਚ ਲੀਨ ਹੁੰਦਾ ਹੈ ਇਹ ਉਸੇ ਚੜ੍ਹਦੀ ਕਲਾ ਦਾ ਸਾਧਨ ਹੈ ਇਹ ਛੋਟੇ ਤੋਂ ਵੱਡੇ ਹੁਣ ਦਾ ਸਹਿਜ ਸੁਭਾਇਤਨ ਹੈ ਅਰਦਾਸ ਮਹਾਰਾਜਾ ਰਣਜੀਤ ਸਿੰਘ ਸਿੰਘ ਦੇ ਜਿਹੜੇ ਗਰੋਤਸ ਦੇ ਕਿਲੇ ਵਿੱਚ ਕੈਦ ਪਏ ਇੱਕ ਧੜਵੀ ਕੈਦੀ ਵੰਗ ਵਿਅਕਤੀ ਦੇ ਜੀਵਨ ਵਿੱਚ ਚਰਿੱਤਰ ਨੂੰ ਬਦਲ ਕੇ ਰੱਖ ਦੇਂਦੀ ਹੈ ਅਰਦਾਸ ਮਨੁੱਖ ਨੂੰ ਅਥਾ ਅਨੰਦ ਤੇ ਜਿਹੜੀ ਸ਼ਾਂਤੀ ਦਿੰਦੀ ਹੈ ਉਸ ਨੂੰ ਦੁੱਖ ਸੰਕਟ ਤੇ ਕਸ਼ਟ ਦੁਖਦਾਈ ਪ੍ਰਤੀਤ ਨਹੀਂ ਹੁੰਦੇ ਹਨ ਇਸ ਕਰਕੇ ਸਾਨੂੰ ਕਦੇ ਵੀ ਮਨਮਤੀਏ ਦੀ ਇਹ ਗੱਲ ਨਹੀਂ ਮੰਨਣੀ ਚਾਹੀਦੀ ਕਿ ਅਰਦਾਸ ਕਰਨੀ ਵਿਅਰਥ ਹੈ ਸਾਨੂੰ ਕਦੇ ਵੀ ਉਸ ਦਿਆਲੂ ਪ੍ਰਭੂ ਨੂੰ भूलना नहीं चाहिए है अंत सब ने परमात्मा दरगाहे चलना है जिथे बुरे भले जगह जिथे हाँ भले बुरे कमां जरा निस्तारा होना है इसलिए जोड़ा है भलाई इसे गल है कि असी प्रार्थना द्वारा उस जगत पिता तो अपने आप जो है बख्शिए सू जगत का व्यवहार शुद्ध रखना चाहिए है मन करतार वाल ला के सदा प्रार्थना करनी चाहिए ਹੈ ਤਾਂ ਇਹ ਤੁਹਾਡਾ ਜਿਹੜਾ ਹੈਗਾ ਅਨਸਰ ਹੋ ਗਿਆ ਉਸ ਤੋਂ ਬਾਅਦ ਆਪਣਾ ਅਗਲਾ ਹੈਗਾ ਬਾਅਦ 6ਵਾਂ ਪ੍ਰਸ਼ਨ ਆ ਤੁਹਾਡਾ ਦੇਖੋ ਕੀ ਪੁੱਛਿਆ ਜਾਏਗਾ ਦੋ ਪ੍ਰਸ਼ਨ ਤੁਸੀਂ ਜਿਹੜੇ ਹੈਗੇ ਆ ਅਨਸਰ ਦੇਣੇ ਆ ਠੀਕ ਹੈ ਜੀ ਆ ਦੇਖ ਲਓ ਕੀ ਹੈ ਇਹਦੇ ਵਿੱਚ ਪ੍ਰਸ਼ਨਾਂ ਵਿੱਚੋਂ ਕਿਸੇ ਦੋ ਦੇ ਉੱਤਰ ਆਪਣੀ ਪਾਠ ਪੁਸਤਕ ਦੇ ਆਧਾਰ ਤੇ ਦਿਓ ਤਾਂ ਦੋਸਤੋ ਚਾਰ ਹੈਗੇ ਆ ਚਾਰਾਂ ਵਿੱਚੋਂ ਦੋ ਕਰਨੇ ਆ ਤੇ ਚਾਰ ਮਾਰਕਸ ਦੀ ਇਹ ਤੁਹਾਡੀ ਹੈਗੀ ਆ ਦੋ-ਦੋ ਨੰਬਰਾਂ ਦੀ ਇੱਕ ਪ੍ਰਸ਼ਨ ਆ ਤਾਂ ਦੇਖੋ ਕੀ ਹੈ ਬਚਪਨ ਦੀ ਬੋਲੀ ਦਾ ਖਜ਼ਾਨਾ ਸਾਨੂੰ ਕਿਵੇਂ ਅਮੀਰ ਬਣਾ ਦਿੰਦਾ ਹੈ ਤਾਂ ਇਹਦਾ ਅਨਸਰ ਦੇਖੋ ਕੀ ਹੈ ਆਰੇ ਦੋਸਤੋ ਬੋਲੀ ਦਾ ਖਜ਼ਾਨਾ ਬਚਪਨ ਦੇ ਜਿਹੜਾ ਹੈਗਾ ਵਾ ਆਪਣਾ ਚੁਗਿਰਦੇ ਤੋਂ ਹੀ ਜੁੜਨਾ ਸ਼ੁਰੂ ਹੋ ਜਾਂਦਾ ਹੈ ਬਚਪਨ ਵਿੱਚ ਮਨ ਉਤੇ ਜਿਹੜੇ ਹੈਗੇ ਆ ਮਨ ਉਤੇ ਚਿੱਤਰੇ ਜਿਹੜੇ ਹੈਗੇ ਲਫ਼ਜ਼ ਦੁਆਰਾ ਜਿਹੜਾ ਹੈਗਾ ਦੋਸਤੋ ਕੀ ਹੈ ਸਾਨੂੰ ਭੁੱਲਦੇ ਨਹੀਂ ਤੇ ਮੋਹਰਾਂ ਦਾ ਕੰਮ ਦਿੰਦੇ ਹਨ ਅਸੀਂ ਇੱਕ ਮੋਹਰ ਨੂੰ अनेका ਹੀ ਸਿੱਕਿਆਂ ਵਿੱਚ ਵਟਾਉਂਦੇ ਹਾਂ ਤੇ ਖਜ਼ਾਨੇ ਦੀਆਂ ਪੇਟੀਆਂ ਜਿਹੜਾ ਹੈਗਾ ਛਣਕਣ ਲੱਗ ਪੈਂਦੀਆਂ ਹਨ ਵੱਡਿਆਂ ਨੂੰ ਜਿਹੜਾ ਹੈਗਾ ਬੱਚਿਆਂ ਦੀ ਇਸ ਦੀ ਅਮੀਰੀ ਵਿੱਚ ਵਾਧਾ ਕਰਨ ਵੱਲ ਵਿਸ਼ੇਸ਼ਤਾਂ ਦੇਣਾ ਚਾਹੀਦਾ ਹੈ ਇਸੇ ਤਰ੍ਹਾਂ ਬਚਪਨ ਵਿੱਚ ਹੀ ਬੋਲੀ ਦਾ ਖਜ਼ਾਨਾ ਸਾਨੂੰ ਅਮੀਰ ਬਣਾ ਸਕਦਾ ਹੈ ਜਿਸ ਦੇ ਵਿੱਚ ਜਿਹੜਾ ਹੈਗਾ ਪਈਆਂ ਲਫ਼ਜ਼ਾਂ ਰੂਪ ਮੋਹਰਾਂ ਨੂੰ ਪਨਾ ਹਾਂ ਪਨਾ ਪਨਾ ਕੇ ਅਸੀਂ ਸਾਰਾ ਜੀਵਨ ਗੁਜ਼ਾਰਨਾ ਹੁੰਦਾ ਹੈ ਚੰਗੇ ਕੋੜੇ ਜਿਹੜੇ ਹੈਗੇ ਆ ਹਾਂਜੀ ਚੰਗੇ ਘੜੇ ਹੋਏ ਸ਼ਬਦ ਸਾਲ ਜਿਹੜੇ ਹੈਗੇ ਆਪਣੇ ਚਾਲੂ ਸਿੱਕੇ ਵਾਂਗ ਸਾਡੀਆਂ ਸਭ ਫੋਰੀ ਲੋੜਾਂ ਪੂਰੀਆਂ ਕਰਦੇ ਹਨ ਤਾਂ ਇਹ ਤੁਹਾਡਾ ਆਨਸਰ ਹੋ ਗਿਆ ਉਸ ਤੋਂ ਬਾਅਦ ਆਪਣਾ ਪੁਰਾਣੇ ਸਮੇਂ ਵਿੱਚ ਪਲਵਾਨ ਕਿਵੇਂ ਪਿੰਡਾਂ ਉਤੇ ਫਤਿਹ ਪ੍ਰਾਪਤ ਕਰਦੇ ਸਨ ਤਾਂ ਦੇਖੋ ਆਨਸਰ ਕੀ ਹੈ ਪੁਰਾਣੇ ਸਮੇਂ ਵਿੱਚ ਪਲਵਾਨ ਪਹਿਲਵਾਨ ਢੋਲ ਵਾਲੇ ਨੂੰ ਲੈ ਕੇ ਦਿਗ ਵਿਜੇ ਦਾ ਝੰਡਾ ਫੜ ਕੇ ਚੜਦੇ ਸਨ ਠੀਕ ਹੈ ਜੀ ਉਹ ਇੱਕ ਪਿੰਡ ਨੂੰ ਫਤਿਹ ਕਰਦੇ ਤੇ ਅਗਲੇ ਪਿੰਡ ਉੱਤੇ ਚੜ੍ਹਾਈ ਕਰ ਦਿੰਦੇ ਉਹਨਾਂ ਦੇ ਨਾਲ ਜਿਹੜਾ ਹੈਗਾ ਮੰਢੀਰ ਦੇ ਕਈ ਜਿਹੜੇ ਹੈਗੇ ਪੱਠੇ ਚੰਬਲ ਦੇ ਹੁੰਦੇ ਸਨ ਠੀਕ ਹੈ ਜੀ ਜਿਸ ਵਿੱਚ ਪਿੰਡ ਉਹ ਜਿਸ ਪਿੰਡ ਉਹ ਪੁੱਜਦੇ ਉੱਥੇ ਦੇ ਲੋਕਾਂ ਲਈ ਉਹਨਾਂ ਦਾ ਸਵਾਗਤ ਕਰਨਾ ਜ਼ਰੂਰੀ ਹੁੰਦਾ ਠੀਕ ਹੈ ਜੀ ਫਿਰ ਉਹ ਝੰਡਾ ਗੱਡ ਕੇ ਚੜ੍ਹ ਜਿਹੜਾ ਹੈਗਾ ਫਿਰ ਉਹ ਕੀ ਕਰਦੇ ਸੀਗੇ ਝੰਡਾ ਗੱਡ ਦਿੰਦੇ ਕੀ ਜੇਕਰ ਕੋਈ ਉੱਥੇ ਜ਼ੋਰ ਵਾਲਾ ਹੈ ਤਾਂ ਉਹਨਾਂ ਨਾਲ ਕੁਲ ਲਵੇ ਤਾਂ ਇਹ ਤੁਹਾਡਾ ਜਿਹੜਾ ਹੈਗਾ ਆਨਸਰ ਹੋ ਗਿਆ ਉਸ ਤੋਂ ਬਾਅਦ ਆਪਣਾ ਪ੍ਰਸ਼ਨ ਹੈ ਕਰਮਨੁੱਖ ਦੇ ਨਿੱਜੀ ਬਲਬਲਿਆ ਤੇ ਸਖਸ਼ੀ ਰਣੀ ਦਾ ਕੇਂਦਰ ਕਿਵੇਂ ਹੁੰਦਾ ਹੈ ਤਾਂ ਆਨਸਰ ਦੇਖੋ ਇਹਦਾ ਤਾਂ ਇਹ ਕਥਨ ਜਿਹੜਾ ਹੈਗਾ ਬਿਲਕੁਲ ਠੀਕ ਹੈ ਕਰਮਨੁੱਖ ਦੇ ਨਿੱਜੀ ਬਲਬਲਿਆ ਤੇ ਸਖਸ਼ੀ ਰਣੀ ਦਾ ਕੇਂਦਰ ਹੁੰਦਾ ਹੈ ਜਿੱਥੇ ਉਸ ਦੇ ਆਚਰਣ ਨੂੰ ਬਣਾਉਣ ਵਿੱਚ ਸਮਾਜਿਕ ਅਤੇ ਮੁੱਲਕੀ ਆਲੇ-ਦੁਆਲੇ ਦਾ ਪ੍ਰਭਾਵ ਕੰਮ ਕਰਦਾ ਹੈ ਉੱਥੇ ਹੀ ਘਰ ਦੀ ਚਾਰ ਦਿਵਾਰਾਂ ਅਤੇ ਇਸ ਦੇ ਅੰਦਰ ਦੇ ਹਾਲਾਤ ਵੀ ਘੱਟ ਕੰਮ ਨਹੀਂ ਕਰਦੇ ਉਸ ਦੀਆਂ ਰੁਚੀਆਂ ਦੇ ਸੁਭਾਅ ਇਸੇ ਸਾਚੇ ਵਿੱਚ ਹੀ ਟਲਦੇ ਹਨ ਕਰਦੇ ਪਿਆਰ ਤੋਂ ਸਖਣੇ ਮਨੁੱਖ ਜਿਹੜੇ ਹੈਗੇ ਕੋਜੇ ਸੜੀਏਲ ਅਤੇ ਕਿਜੂ ਖਿਜੂ ਹੁੰਦੇ ਹਨ ਜਦ ਕਿ ਦੋਸਤੋ ਘਰ ਵਿਚਲਾ ਸੰਬੰਧੀਆਂ ਦਾ ਪਿਆਰ ਮਨੁੱਖ ਵਿੱਚ ਪਿਆਰ ਹਮਦਰਦੀ ਨਿਮਰਤਾ ਕੁਰਬਾਨੀ ਤੇ ਸੇਵਾ ਦੇ ਗੁਣ ਪੈਦਾ ਕਰਦਾ ਹੈ ਤਾਂ ਇਹ ਤੁਹਾਡਾ ਆਨਸਰ ਹੋ ਗਿਆ ਉਸ ਤੋਂ ਬਾਅਦ ਇਹ ਆਪਣਾ ਅਰਦਾਸ ਕਦੋਂ ਅਤੇ ਕਿਉਂ ਕੀਤੀ ਜਾਂਦੀ ਹੈ ਤਾਂ ਅਰਦਾਸ ਕਦੋਂ ਅਤੇ ਕਿਉਂ ਕੀਤੀ ਜਾਂਦੀ ਹੈ ਤਾਂ ਦੇਖੋ ਬੰਦੇ ਲਈ ਅਰਦਾਸ ਇੱਕ ਜ਼ਰੂਰੀ ਵਸਤੂ ਹੈ ਜਿੰਦਗੀ ਵਿੱਚ ਕਈ ਮੌਕੇ ਜਿਹੇ ਆਉਂਦੇ ਹਨ ਜਦੋਂ ਵੱਡੇ ਤੋਂ ਵੱਡੇ ਜਿਹੜਾ ਹੈਗਾ ਵਾ ਵੱਡੇ ਤੋਂ ਵੱਡੇ ਰਾਠੀ ਆਦਮੀ ਲਈ ਵੀ ਅਰਦਾਸ ਤੋਂ ਬਿਨਾ ਕੋਈ ਰਾਹ ਨਹੀਂ ਰਹਿ ਜਾਂਦਾ ਅਰਦਾਸ ਜਿੰਦਗੀ ਵਿੱਚ ਹਰ ਸੰਸਾਰਿਕ ਮੌਕੇ ਉੱਪਰ ਜਨਮ ਵੇਲੇ ਮਰਨ ਵੇਲੇ ਵਿਆਹ ਵੇਲੇ ਰੋਗ ਵੇਲੇ ਜੰਗ ਵੇਲੇ ਮੁਸ਼ਕਿਲ ਸਮੇਂ ਕਾਰੇ ਦੇ ਦੀ ਸਿੱਧੀ ਲਈ ਜਿਹੜਾ ਹੈਗਾ ਵਾ ਕੀਤੀ ਜਾਂਦੀ ਹੈ ਇਸ ਨਾਲ ਮਨੁੱਖ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਉਸ ਤੋਂ ਬਾਅਦ ਆਪਣਾ ਪ੍ਰਸ਼ਨ ਹੈ ਹੇਠ ਲਿਖੇ ਕਹਾਣੀਆਂ ਵਿੱਚੋਂ ਕਿਸੇ ਇੱਕ ਦਾ ਸਾਰ ਲਿਖੋ ਸਭ ਤੋਂ ਪਹਿਲਾਂ ਹੈਗਾ 5 ਨੰਬਰ ਦੀ ਤੁਹਾਨੂੰ ਆਏਗੀ ਤੇ ਇਹਦਾ ਹੈਗਾ ਸਭ ਤੋਂ ਪਹਿਲਾਂ ਆਪਣਾ ਇੱਕ ਪੈਰ ਕੱਟ ਤੁਰਨਾ ਜੋ ਕਿ ਅਜੀਤ ਕੋਰ ਦੀ ਰਚਨਾ ਹੈ ਤਾਂ ਦੇਖਣਾ ਦੋਸਤੋ ਇੱਕ ਪੈਰ ਕੱਟ ਤੁਰਨਾ ਤਾਂ ਦੇਖੋ ਕੀ ਹੈ ਰਸੀਦ ਦਿੱਲੀ ਦੇ ਇੱਕ ਦਫ਼ਤਰ ਵਿੱਚ ਕੰਮ ਕਰਦਾ ਸੀ ਆ ਦੇਖ ਲਓ ਇੱਕ ਪੈਰ ਕੱਟ ਤੁਰਨਾ ਤਾਂ ਦੇਖੋ ਕੀ ਹੈ ਇੱਕ ਦਿੱਲੀ ਦੇ ਦਫ਼ਤਰ ਵਿੱਚ ਕੰਮ ਕਰਦਾ ਸੀਗਾ ਉਹਨਾਂ ਨੂੰ ਜਦੋਂ ਡਾਕਟਰ ਨੇ ਦੱਸਿਆ ਕਿ ਉਹ ਉਸਦੇ ਮਹਦੇ ਵਿੱਚ ਕੈਂਸਰ ਹੈ ਤਾਂ ਉਹ ਇਲਾਜ ਲਈ ਸਹਿਮਤ ਨਾ ਹੋਇਆ ਉਹ ਜਿਹੜਾ ਹੈਗਾ ਨੌਕਰੀ ਤੋਂ ਅਸਤੀਫਾ ਦੇ ਕੇ ਘਰ ਦਾ ਲੋੜਿੰਦਾ ਸਮਾਨ ਰੱਖ ਕੇ ਬਾਕੀ ਸਭ ਕੁਝ ਵੇਚ ਕੇ ਪਿੰਡ ਲਗ ਗਿਆ ਉਸ ਦੀ ਪਤਨੀ 6 ਸਾਲ ਪਹਿਲਾਂ ਉਸ ਦੀ ਪਤਨੀ ਦੀ ਜਿਹੜੀ ਹੈ 6 ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਉਸ ਦਾ ਜਿਹੜਾ ਹੈਗਾ ਬੇਟਾ ਅਮਰੀਕਾ ਵਿੱਚ ਡਾਕਟਰੀ ਦੀ ਪੜ੍ਹਾਈ ਪੜਨ ਪਿੱਛੋਂ ਉੱਥੇ ਹੀ ਜਿਹੜਾ ਹੈਗਾ ਵਾ ਨੌਕਰੀ ਕਰਨ ਲੱਗ ਪਿਆ ਤੇ ਉੱਥੇ ਹੀ ਰਹਿਣ ਲੱਗਿਆ ਸੀਗਾ ਉਸ ਨੇ ਆਪਣੇ ਘਰ ਨੇੜੇ ਕੁਝ ਗੁਲਾਬ ਦੇ ਪੌਦੇ ਲਗਾ ਲਏ ਤੇ ਕੁਝ ਕਬੂਤਰ ਪਾਲ ਲਏ ਉਸ ਉਹ ਜਿਹੜਾ ਹੈਗਾ ਕੀ ਹੈ ਚੁੱਕਦੀਆਂ ਹਾਂਜੀ ਉਹ ਚੁੱਕਦੀਆਂ ਚਿੜੀਆਂ ਤੇ ਕਲੋਲਾ ਕਰਦੇ ਕਬੂਤਰਾਂ ਨੂੰ ਦੇਖ ਕੇ ਜਿਹੜਾ ਹੈਗਾ ਆਨੰਦ ਮਾਣਦਾ ਉਸਨੇ ਜਿਹੜਾ ਹੈਗਾ 3-4 ਬਿਲੀਆਂ ਵੀ ਰੱਖ ਲਈਆਂ ਉਹ ਬਲੂੰਗੜੀਆਂ ਕਬੂਤਰਾਂ ਤੇ ਪੌਦਿਆਂ ਨਾਲ ਆਪਣਾ ਦਿਲ ਲਾ ਕੇ ਜਿਹੜਾ ਹੈਗਾ ਉਹ ਆਪਣਾ ਦਰਦ ਘਟ ਕਰ ਲੈਂਦਾ ਇੱਕ ਵਾਰੀ ਫਿਰ ਜਦੋਂ ਉਸਦੇ ਦਰਦ ਉਠੀਤਾ ਉਸਨੇ ਰੰਗ-ਬਰੰਗੇ ਤੋਤੇ ਲਿਆ ਕੇ ਆਪਣਾ ਮਨ ਲਾ ਲਿਆ ਰਾਤੀ ਤਾਰੇ ਉਸ ਨੂੰ ਜਿਹੜਾ ਹੈਗਾ ਗੱਲਾਂ ਕਰਦੇ ਪ੍ਰਤੀਤ ਹੁੰਦੇ ਅਖੀਰ ਵਿੱਚ ਉਸਨੇ ਜਿਹੜਾ ਹੈਗਾ ਵਾ ਕੀ ਕੀ ਕੀਤਾ ਹਾਂਜੀ ਅਖੀਰ ਵਿੱਚ ਉਸਨੇ ਜਿਹੜਾ ਹੈਗਾ ਬੱਚੋਰਾ ਦੇ ਮੁੰਡੇ ਤੋਂ ਪਤੰਗ ਤੋਂ ਡੋਰ ਮੰਗਵਾ ਲਈ ਉਸਦੇ ਹੱਥ ਵਿੱਚ ਜਿਹੜਾ ਹੈਗਾ ਡੋਰ ਫੜਾ ਕੇ ਜਦੋਂ ਉਸਨੇ ਪਤੰਗ ਨੂੰ ਹਿਲਾ ਰ ਦਿੱਤਾ ਤਾਂ ਉਸਦੇ ਕਲੇਜ ਵਿੱਚ ਭਿਆਨਕ ਪੀੜ ਉੱਠੀ ਉਸ ਨੂੰ ਜਿਹੜਾ ਖੂਨ ਦੀ ਉਲਟੀ ਆਈ ਅਤੇ ਉਹ ਦਮ ਤੋੜ ਗਿਆ ਇਸ ਤਰ੍ਹਾਂ ਰਸ਼ੀਦ ਦੀ ਜਿਹੜੀ ਹੈਗੀ ਹੱਸਦਿਆਂ ਖੇਡਦਿਆਂ ਹੀ ਜਿਹੜਾ ਹੈਗਾ ਬਾ ਜਿੰਦਾਦਲੀ ਨਾਲ ਮੌਤ ਨੂੰ ਉਸਨੇ ਜਿਹੜਾ ਹੈਗਾ ਕਬੂਲ ਕਰ ਅਰਲੀਆ ਤਾਂ ਇਹ ਤੁਹਾਡਾ ਜਿਹੜਾ ਹੈਗਾ ਕਹਾਣੀ ਦਾ ਸਾਰ ਹੋ ਗਿਆ ਅਗਲਾ ਕਹਾਣੀ ਹੈਗਾ ਤੁਹਾਡਾ ਮੜੀਆਂ ਤੋਂ ਦੂਰ ਜੋ ਕਿ ਰਗੂਬੀਰ ਡੰਡ ਦੀ ਰਚਨਾ ਵਾ ਤਾਂ ਦੋਸਤੋ ਚਲੋ ਦੇਖੋ ਕਹਾਣੀ ਦਾ ਸਾਰ ਮੜੀਆਂ ਤੋਂ ਦੂਰ ਤਾਂ ਇੰਗਲੈਂਡ ਵੱਸਦੇ ਬਲਵੰਤ ਰਾਏ ਦੀ ਮਾਂ ਆਪਣੇ ਪੁੱਤਰ ਦੇ ਤਰਲੇ ਮਿੰਤਾ ਕਰਕੇ ਇੰਗਲੈਂਡ ਆ ਗਈ ਉਹ ਇੰਗਲੈਂਡ ਆ ਕੇ ਕਹਾਣੀਕਾਰ ਤੇ ਉਸ ਦੀ ਪਤਨੀ ਦੀ ਮਾਸੀ ਬਣ ਗਈ ਜਦੋਂ ਮਾਸੀ ਨਵੀਂ-ਨਵੀਂ ਇੰਗਲੈਂਡ ਤੋ ਜਿਹੜੀ ਹੈਗੀ ਆਈ ਤਾਂ ਉੱਥੇ ਦਾ ਜਿਹੜਾ ਹੈਗਾ ਵਾ ਸੁਖ ਆਰਾਮ ਦੇ ਕੇ ਬਹੁਤ ਪ੍ਰਭਾਵਿਤ ਹੋਈ ਇੱਕ ਐਤਵਾਰ ਹੋ ਕਹਾਣੀ ਕਰਦੇ ਉਸ ਦੀ ਪਤਨੀ ਨਾਲ ਗੁਰਦੁਆਰੇ ਗਈ ਮਾਸੀ ਨੇ ਗੁਰਦੁਆਰੇ ਜਾ ਕੇ ਜਦੋਂ ਲੰਗਰ ਪਕਾਇਆ ਅਤੇ ਫਿਰ ਮੰਦਰ ਵਿੱਚ ਭਜਨ ਗਾਇਆ ਤਾਂ ਦੋਹਾਂ ਥਾਵਾਂ ਦੇ ਪ੍ਰਦਾਨ ਬਹੁਤ ਹੀ ਪ੍ਰਭਾਵਿਤ ਹੋਏ ਮਾਸੀ ਨੂੰ ਇੰਗਲੈਂਡ ਉੱਥੇ ਦੇ ਲੋਕਾਂ ਸਾਫ ਸੁਥਰੇ ਸੜਕਾਂ ਖੁੱਲੇ ਮੌਸਮ ਖੁੱਲੇ ਖਾਣ ਪੀਣ ਤੇ ਹੋਰ ਨਾਲ ਸਹੂਲਤਾਂ ਕਰਕੇ ਸਵਰਗ ਜਾਪਦਾ ਸੀ ਉਹ ਚਾਹੁੰਦੀ ਸੀ ਕਿ ਉਹ ਸਦਾ ਹੀ ਉੱਥੇ ਉਸ ਦਾ ਪਤੀ ਵੀ ਉੱਥੇ ਆ ਜਾਵੇ ਠੀਕ ਹੈ ਜੀ ਉਹ ਉੱਥੇ ਹੀ ਰਵੇ ਅਤੇ ਉਸ ਦਾ ਪਤੀ ਵੀ ਉੱਥੇ ਆਜ ਬੇਪਰ ਕੁਝ ਮਹੀਨਿਆਂ ਵਿੱਚ ਹੀ ਮਾਸੀ ਘਬਰਾ ਗਈ ਜਦੋਂ ਉਸਨੇ ਦੇਖਿਆ ਕਿ ਉਸਦੇ ਨੌ ਪੁੱਤਰ ਉਸ ਨਾਲ ਜਿਹੜਾ ਹੈਗਾ ਕੋਈ ਗੱਲਬਾਤ ਨਹੀਂ ਕਰਦੇ ਪੋਤੇ-ਪੋਤੀਆਂ ਆਪਣੇ ਜਿਹੜਾ ਹੈਗਾ ਵਾ ਸ਼ੁਗਰ ਮੇਲੇ ਵਿੱਚ ਮਸਤ ਹਨ ਮਾਸੀ ਤੇ ਕੋਰ ਉਦਾਸੀ ਛਾ ਜਾਂਦੀ ਹੈ ਠੀਕ ਹੈ ਜੀ ਉਸਨੇ ਆਪਣੇ ਪੁੱਤਰ ਦੇ ਦੋਸਤ ਨੂੰ ਟੈਲੀਫੋਨ ਕਰਕੇ ਬੁਲਾਇਆ ਉਸਨੇ ਕਿਹਾ ਕਿ ਉਹ ਉਸਦੇ ਪੁੱਤ ਨੂੰ ਕਹਿ ਕੇ ਉਸ ਨੂੰ ਇੰਡੀਆ ਵਾਪਸ ਭੇਜ ਦੇਵੇ ਭਿਜਵਾ ਦੇਵੇ ਉਸ ਦੇ ਪੁੱਤਰ ਦੇ ਦੋਸਤ ਨੇ ਕਿਹਾ ਕਿ ਮਾਸੀ ਜੀ ਕੋਈ ਫਿਕਰ ਨਾ ਕਰੋ ਹੁਣ ਤੁਹਾਨੂੰ ਇੰਡੀਆ ਜਾਣਾ ਹੀ ਚਾਹੀਦਾ ਹੈ ਨਹੀਂ ਤਾਂ ਤੁਹਾਨੂੰ ਮੜੀਆਂ ਵਰਗੀ ਇੱਕਲ ਨਿਗਲ ਜਾਵੇਗੀ ਮਾਸੀ ਨੇ ਕਿਹਾ ਕਿ ਇਹ ਤਾਂ ਮੜੀਆਂ ਤੋਂ ਵੀ ਦੂਰ ਦੀ ਕੋਈ ਚੀਜ਼ ਹੈ ਠੀਕ ਹੈ ਜੀ ਕੀ ਕਿਹਾ ਉਹਨਾਂ ਨੇ ਮਾਸੀ ਨੇ ਕਿਹਾ ਕਿ ਇਹ ਤਾਂ ਮੜੀਆਂ ਤੋਂ ਵੀ ਦੂਰ ਦੀ ਕੋਈ ਚੀਜ਼ ਹੈ ਤਾਂ ਇਹ ਤੁਹਾਡਾ ਜਿਹੜਾ ਹੈਗਾ ਕਹਾਣੀ ਹੋ ਗਿਆ ਇੰਗਲੈਂਡ ਜਾ ਕੇ ਉਹਨਾਂ ਨੂੰ ਵਧੀਆ ਨਹੀਂ ਲੱਗਿਆ ਅੱਗੇ ਦੋਸਤੋ ਆਪਣਾ ਕਹਾਣੀ ਦੇ ਜਿਹੜੇ ਹੈਗਾ ਆਧਾਰ ਤੇ ਪੁੱਛੇ ਗਏ ਪ੍ਰਸ਼ਨ ਤਾਂ ਦੇਖੋ ਕੀ ਹੈ ਬੰਮ ਸਭ ਤੋਂ ਪਹਿਲਾਂ ਦੋਸਤੋ ਇਹਦੇ ਵਿੱਚ ਕੀ ਹੈ ਦੋ ਪ੍ਰਸ਼ਨ ਕਰਨੇ ਆ ਤੁਸੀਂ 4 ਮਾਰਕਸ ਦੀ ਆਏਗੀ ਦੋ ਪ੍ਰਸ਼ਨ ਕਰਨੇ ਆ ਇੱਕ ਪ੍ਰਸ਼ਨ 2 ਮਾਰਕਸ ਦਾ ਵਾ ਸਭ ਤੋਂ ਪਹਿਲਾ ਪ੍ਰਸ਼ਨ ਬੰਬ ਨੂੰ ਮਾਤਾ ਦੀਨ ਨਾਲ ਕਿਸ ਗੱਲ ਦੀ ਈਰਖਾ ਸੀ ਤਾਂ ਦੇਖੋ ਆਨਸਰ ਕੀ ਹੈ ਬੰਬ ਨੂੰ ਜਿਹੜਾ ਹੈਗਾ ਵਾ ਮਾਤਾ ਦੀਨ ਨਾਲ ਈਰਖਾ ਨਹੀਂ ਸਕੋ ਗੁੱਸਾ ਤੇ ਨਫ਼ਰਤ ਸੀ ਬੰਮ ਕੋਣਾ ਦੋਸਤੋ ਇਹ ਬੰਮ ਬਾਦਰ ਇੱਕ ਜਿਹੜਾ ਹੈਗਾ ਬਾਕੀ ਹੈ ਹਾਥੀ ਹੈ ਠੀਕ ਹੈ ਜੀ ਤਾਂ ਦੋਸਤੋ ਦੇਖੋ ਕੀ ਹੈ ਫਿਰ ਬਈ ਜਿਹੜਾ ਹੈਗਾ ਵਾ ਕੀ ਹੈ ਆਪਣਾ ਗੁੱਸਾ ਸੀ ਗੁੱਸਾ ਤੇ ਨਫ਼ਰਤ ਸੀ ਕਿਉਂਕਿ ਉਹ ਉਸ ਦੇ ਜਿਹੜੇ ਹੈਗੇ ਰਾਤਪ ਵਿੱਚੋਂ ਚੋਰੀ ਕਰਦਾ ਸੀ ਉਸ ਤੋਂ ਉਸ ਦੇ ਹੱਕ ਖੁੰਦਾ ਜਾ ਰਿਹਾ ਸੀ ਉਸ ਨੂੰ ਇਸ ਗੱਲ ਨਾਲ ਈਰਖਾ ਜ਼ਰੂਰ ਸੀ ਕਿ ਮਾਤਾ ਦਿਨ ਦੇ ਵਿਤਕਰੇ ਕਾਰਨ ਮਹਾਰਾਜ ਦੇ ਸ਼ਿਕਾਰ ਖੇਡਣ ਲਈ ਜਾਣ ਸਮੇ ਉਸ ਦੀ ਥਾਂ ਕਿਸੇ ਹੋਰ ਹਾਥੀ ਨੂੰ ਜਿਹੜਾ ਹੈਗਾ ਵਾ ਮਿਲ ਗਈ ਸੀ ਉਸ ਤੋਂ ਬਾਅਦ ਹੈ ਆਪਣਾ ਕੁਲਫੀ ਵਾਲੇ ਦਾ ਹੌਕਾ ਸੁਣ ਕੇ ਲੇਖਕ ਕੀ ਸੋਚਣ ਲੱਗਾ ਕੁਲਫੀ ਵਾਲੇ ਦਾ ਜਿਹੜਾ ਹੈਗਾ ਵਾ ਹੁੱਕਾ ਸੁਣ ਕੇ ਜਿਹੜਾ ਹੈਗਾ ਵਾ ਲੇਖਕ ਦੀਆਂ ਅੱਖਾਂ ਸਾਹਮਣੇ ਚਿੱਟੀ ਦੁੱਧ ਵਾਲੀ ਕੁਲਫੀ ਨੱਚਣ ਲੱਗ ਪਈ ਉਸਦੇ ਮੂੰਹ ਵਿੱਚੋਂ ਪਾਣੀ ਆ ਗਿਆ ਪਰ ਉਹ ਆਪਣੇ ਆਰਥਿਕ ਤੰਗੀ ਹੁਣ ਕਰਕੇ ਕੁਲਫੀ ਖਰੀਦਣ ਤੋਂ ਅਸਮਰਥ ਸੀ ਠੀਕ ਹੈ ਜੀ ਉਹ ਸੋਚ ਰਿਹਾ ਸੀਗਾ ਕਿ ਉਸ ਦੀ ਤਨਖਾਹ ਤਾਂ ਮਹੀਨੇ ਦੇ ਪਹਿਲੇ 15 ਦਿਨਾਂ ਵਿੱਚ ਹੀ ਉੱਡ ਪੁੱਡ ਜਾਂਦੀ ਹੈ ਉਹ ਪੈਸੇ ਦੀ ਤੰਗੀ ਨੂੰ ਉਹ ਪੈਸੇ ਦੀ ਤੰਗੀ ਨੂੰ ਹਵਾਲਾ ਦੀ ਤੰਗੀ ਤੋਂ ਵੀ ਭੈੜੀ ਮਹਿਸੂਸ ਕਰ ਰਿਹਾ ਅਗਲਾ ਹੈਗਾ ਆਪਣਾ ਪ੍ਰਸ਼ਨ ਅਮਰੀਕ ਸਿੰਘ ਨੂੰ ਆਪਣੇ ਘਰਦਿਆਂ ਨਾਲ ਕਿਸ ਗੱਲ ਦਾ ਇਤਰਾਜ਼ ਸੀ ਤਾਂ ਦੇਖੋ ਆਨਸਰ ਇਹਦਾ ਕੀ ਹੈ ਅਮਰੀਕ ਸਿੰਘ ਨੂੰ ਘਰਦਿਆਂ ਨਾਲ ਇਸ ਗੱਲ ਦਾ ਇਤਰਾਜ਼ ਸੀ ਕਿ ਉਸਨੇ ਆਪਣੇ ਪਿਓ ਦੁਆਰਾ ਕੀਤੀਆਂ ਬਹੁਤ ਸਾਰੀਆਂ ਮੜੀਆਂ ਗੱਲਾਂ ਲੁਕਾ ਕੇ ਰੱਖੀਆਂ ਸਨ ਅਗੇ ਕਰਤਾਰ ਸਿੰਘ ਦੇ ਛੋਟੀ ਉਮਰੇ ਹੀ ਦੁਨੀਆ ਤੋਂ ਤੁਰ ਜਾਣ ਦੇ ਕੀ ਕਾਰਨ ਸਨ ਤਾਂ ਦੇਖੋ ਆਨਸਰ ਕੀ ਹੈ ਇਹਦਾ ਕਰਤਾਰ ਸਿੰਘ ਦੇ ਛੋਟੀ ਉਮਰੇ ਦੁਨੀਆ ਤੋਂ ਤੁਰ ਜਾਣ ਦੇ ਕਾਰਨ ਉਸ ਦੇ ਵੈਲ ਸਨ ਪਹਿਲਾ ਉਹ ਸ਼ਰਾਬ ਵੀ ਪਿੰਦਾ ਤੇ ਫਿਰ ਅਫੀਮ ਦੇ ਨਸ਼ੇ ਦੀਆਂ ਗੁਣੀਆਂ ਖਾਣੇ ਲੱਗਾ ਉਹ ਨਸ਼ਾ ਵਰ ਤੇ ਬੀੜਾ ਜਿਹਾ ਵੀ ਲੰਦਾ ਸੀ ਇਸੇ ਕਰਕੇ ਉਸ ਦੀ ਮੌਤ ਤੇ ਅਫਸੋਸ ਕਰਨ ਆਏ ਲੋਕ ਕਹਿੰਦੇ ਸਨ ਉਸ ਨੂੰ ਜਿਹੜਾ ਹੈਗਾ ਵਾ ਉਹਨੂੰ ਲੈ ਬੈਠੇ ਉਹਦੇ ਉਹ ਵੈਲ ਅੱਗੇ ਆਪਣਾ ਪ੍ਰਸ਼ਨ ਦੇਖੋ ਕੀ ਹੈ ਨੋ ਮਹ ਪ੍ਰਸ਼ਨ ਆ ਤੋ ਡਾ ਨਮ ਪੰਚ ਰਸ਼ਨ ਜਿਹੜਾ ਦਾ ਪੰਜ ਮਾਰਕਸ ਦਾ ਆਏਗਾ ਤੁਹਾਨੂੰ ਪਾਤਰ ਚਿੱਤਰਣ ਕਰਨਾ ਵਾ ਤੁਸੀਂ ਸਭ ਤੋਂ ਪਹਿਲਾ ਹੈਗਾ ਮਰਸੀ ਇਕਾਂਗੀ ਦਾ ਇਹ ਪਾਤਰ ਚਿੱਤਰਨਾ ਸਮੁੰਦਰੋ ਪਾਰ ਜਿਹੜਾ ਇਕਾਂਗੀ ਹੈ ਤੁਹਾਨੂੰ ਤਾਂ ਦੇਖੋ ਮਰਸੀ ਕੀ ਹੈ ਦੋਸਤੋ ਜਾਣ ਪਛਾਣ ਦੇਖੋ ਸਭ ਤੋਂ ਪਹਿਲਾਂ ਮਰਸੀ ਸਮੁੰਦਰੋ ਪਾਰ ਇਕਾਂਗੀ ਦਾ ਇੱਕ ਸਧਾਰਨ ਪਾਤਰ ਹੈ ਉਹ ਇਕਾਂਗੀ ਦਾ ਇੱਕ ਸਧਾਰਨ ਪਾਤਰ ਹੈ ਠੀਕ ਹੈ ਜੀ ਉਹ ਇਕਾਂਗੀ ਦੀ ਮੁੱਖ ਪਾਤਰ ਵਿੱਚੋਂ ਇੱਕ ਹੈ ਮਰਸੀ ਜਿਹੜੀ ਹੈ ਕਿ ਕੀ ਹੈ ਬ੍ਰਦਰ ਦੀ ਜਿਹੜੀ ਹੈਗੀ ਹੈ ਬੀਵੀ ਹੈ ਮਰਸੀ ਜਿਹੜੀ ਹੈਗੀ ਆ ਉਹ ਕੀ ਹੈ ਇੱਥੇ ਲਿਖਿਆ ਹੋਇਆ ਬ੍ਰਦਰ दी बीवी है समझदार मरसी एक अंग्रेजन औरत है उसनों जो तो पता लगता है कि हरदेव पहला भी जो है मैरिड है तो वह उन्होंने जोड़ा है छड़ के चली जाती है तो शर्म महसूस कर वाली पीड़ित होके वो गॉड हमारा साथ कैसा शिमफुल ढुका हुआ ठीक है आगे लिखा आप पंजाबी लोग का जो है बरादरी यहाँ होता है आप औरत को घर में भी ऐसा डिसीव करा और दूसरा मुल्क में ਜਾਕਰ ਵੀ ਜਾਕਰ ਵੀ ਡਿਸੀਵ ਕਰਤਾ ਹੈ ਸ਼ਰਮ ਕਾ ਬਾਠ ਹੈ ਸ਼ੇਮ ਸ਼ੇਮ ਠੀਕ ਹੈ ਜੀ ਤਾਂ ਇਸ ਤਰ੍ਹਾਂ ਤੁਸੀਂ ਇਸ ਨੂੰ ਬਣਾ ਕੇ ਲਿਖ ਦੇਣਾ ਵਾ ਅੱਗੇ ਆਪਣਾ ਦੋਸਤੋ ਵਜ਼ੀਰਾ ਇਕਾਂਗੀ ਬੰਬ ਕੇਸ ਦੇ ਵਿੱਚੋਂ ਤਾਂ ਦੇਖੋ ਕੀ ਹੈ ਵਜ਼ੀਰਾਤਾ ਵਜ਼ੀਰਾ ਬੰਬ ਕੇਸ ਇਕਾਂਗੀ ਦਾ ਮਹੱਤਵਪੂਰਨ ਪਾਤਰਨ ਹੈ ਪਾਤਰ ਹੈ ਉਹ ਬੀਰਾ ਵਾਲੀ ਦਾ ਪੁੱਤਰ ਹੈ ਉਹ ਜਿਹੜਾ ਹੈਗਾ ਵਾ ਸਰਨਾਰਥੀ ਹੈ ਪਾਕਿਸਤਾਨ ਤੋਂ ਆਕੇ ਉਸਨੇ ਕਰਾਦਾ ਗੁਜਾਰਾ ਤੋਰਨ ਲਈ ਕਪਾਪ ਕਈ ਪਾਪੜ ਬੇਲੇ ਹੁਣ ਉਹ ਟੰਗਿਆਂ ਤੇ ਬੰਬ ਬਣਾ ਕੇ ਗੁਜ਼ਾਰਾ ਕਰਨ ਲੱਗ ਪਾ ਲੱਗ ਗਿਆ ਠੀਕ ਹੈ ਜੀ ਪਰ ਇਲਾਕੇ ਦੇ ਥਾਣੇਦਾਰ ਬਿਨਾ ਕੁਝ ਸੋਚੇ ਸਮਝੇ ਉਸ ਨੂੰ ਜਿਹੜਾ ਹੈਗਾ ਬੰਬ ਬਣਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲੈਂਦਾ ਹੈ ਉਸ ਦੇ ਚਰਿੱਤਰ ਦੇ ਮੁੱਖ ਗੁਣ ਹਿੱਟ ਲਿਖਿਆ ਅਨੁਸਾਰ ਹਨ ਮਿਹਨਤ ਮਜ਼ਦੂਰੀ ਕਰਨ ਵਾਲਾ ਉਹ ਇੱਕ ਕੀਰਤੀ ਆਦਮੀ ਹੈ ਪਾਕਿਸਤਾਨ ਤੋਂ ਉਜੜਨ ਮਗਰੋਂ ਉਸ ਨੇ ਜਿਹੜਾ ਹੈਗਾ ਵਾ ਘਰ ਦਾ ਗੁਜ਼ਾਰਾ ਤੋਰਨ ਲਈ ਕਈ ਪਾਪੜ ਵੇਲੇ ਅਤੇ ਅੰਤ ਉਹ ਟੰਗਿਆਂ ਤੇ ਬੰਬ ਬਣਾਉਣ ਦਾ ਜਿਹੜਾ ਹੈਗਾ ਕੰਮ ਕਰਨ ਲੱਗ ਪਿਆ ਟੰਗਿਆਂ ਦੇ ਬੰਬ ਬਣਾਉਣ ਦਾ ਕੰਮ ਕਰਨ ਲੱਗ ਪਿਆ ਉਹ ਜਿਹੜਾ ਹੈਗਾ ਤੇਸਾ ਆਰੀ ਚੁੱਕ ਕੇ ਲੋਕਾਂ ਦੇ ਘਰ ਲੱਕੜੀ ਦਾ ਕੰਮ ਕਰਨ ਨੂੰ ਵੀ ਜਾਂਦਾ ਹੈ ਸਰਕਾਰੀ ਅਫਸਰਾਂ ਤੋਂ ਡਰਨ ਵਾਲਾ ਉਹ ਥਾਣੇਦਾਰ ਤੋਂ ਡਰਦਾ ਹੈ ਕਿ ਉਹ ਥਾਣੇਦਾਰ ਤੋਂ ਰੱਦ ਹੈ ਤੇ ਉਸ ਨਾਲ ਜਿਹੜਾ ਹੈਗਾ ਬੜੀ ਹੀ ਅਧਿਨਗੀ ਨਾਲ ਗੱਲ ਕਰਦਾ ਹੋਇਆ ਕਰਦਾ ਹੈ ਠੀਕ ਹੈ ਜੀ ਉਹ ਉਸ ਨੂੰ ਕਹਿੰਦਾ ਹੈ ਕਿ ਜੇਕਰ ਉਸ ਦੇ ਤੰਗੇ ਦੇ ਬੰਬ ਟੁੱਟੇ ਹੋਏ ਹਨ ਤਾਂ ਉਹ ਉਸ ਲਈ ਜਿਹੜਾ ਹੈਗਾ ਛੇਤੀ ਬਣਾ ਦੇਵੇਗਾ ਆਪਣੇ ਭਰਾਵਾਂ ਨਾਲ ਲੜਦਾ ਰਹਿਣ ਵਾਲਾ ਵੀਰਾਂ ਵਾਲੀ ਅਨੁਸਾਰ ਵਜ਼ੀਰੇ ਸਮੇਤ ਉਸ ਦੇ ਤਿੰਨ ਪੁੱਤਰ ਆਪਸ ਵਿੱਚ ਲੜਦੇ ਰਹਿੰਦੇ ਹਨ ਉਸ ਨੂੰ ਜਿਹੜਾ ਹੈਗਾ ਪਿਆਰ ਨਹੀਂ ਕਰਦੇ ਹਸ ਰਸ ਉਭਜਾਉਣ ਵਾਲਾ ਇਕਾਂਗੀ ਵਿੱਚ ਉਸਦੇ ਥਾਣੇਦਾਰ ਨਾਲ ਗੱਲਬਾਤ ਕਰ ਗੱਲਬਾਤ ਤੇ ਉਸਦੇ ਤਰਲੇ ਇਕਾਂਗੀ ਵਿੱਚੋਂ ਹਸ ਰਸ ਪੈਦਾ ਕਰਦੇ ਹਨ ਤੇ ਥਾਣੇਦਾਰ ਦੇ ਵਿਅੰਗਮਈ ਚਰਿੱਤਰ ਨੂੰ ਜਿਹੜਾ ਹੈਗਾ ਖੂਬ ਉਘਾੜਦੇ ਨ ਤਾਂ ਇਹ ਤੁਹਾਡਾ ਆਨਸਰ ਹੋ ਜਾਏਗਾ ਉਸ ਤੋਂ ਬਾਅਦ ਇਹ ਦੋਸਤੋ ਆਪਣਾ ਹੇਟ ਲਿਕੇ ਵਰਤਲਾਪ ਦੇ ਪ੍ਰਸ਼ਨ ਦੇ ਉੱਤਰ ਦਿਓ ਤਾਂ ਮੈਨੂੰ ਪਹਿਲਾ ਹੀ ਸ਼ੱਕ ਸੀ ਤਾਂ ਇਹ ਅਸੀਂ ਜਿਹੜਾ ਹੈਗਾ ਵਾ ਲੱਭ ਲਿਆ ਹੈ ਪੂਰਾ ਹੀ ਠੀਕ ਹੈ ਜੀ ਮੈਨੂੰ ਪਹਿਲਾ ਹੀ ਸ਼ੱਕ ਸੀ ਤਾਂ ਦੇਖੋ ਆਨਸਰ ਆਹੀ ਹੈ ਨਾ ਤੁਹਾਡਾ ਮੈਨੂੰ ਪਹਿਲਾ ਹੀ ਸ਼ੱਕ ਸੀ ਆਹੀ ਸੇਮ ਆ ਤਾਂ ਇਹ ਸ਼ਬਦ ਕਿਸ ਨੇ ਪ੍ਰਸ਼ਨ ਦੇਖ ਲੈਨੇ ਆਪਾਂ ਕੀ ਲਿਖਾਇਆ ਦੋਸਤੋ ਇਹ ਸ਼ਬਦ ਕਿਸ ਨੇ ਕਿਸ ਨੂੰ ਅਤੇ ਕਦੋਂ ਕਹੇ ਠੀਕ ਹੈ ਜੀ ਤਾਂ ਇਹਦਾ ਆਨਸਰ ਦੇਖ ਲਓ ਕੀ ਹੈ ਇਹ ਸ਼ਬਦ ਜਿਹੜਾ ਹੈਗਾ ਵਾ ਸ਼ਰਨਜੀਤ ਨੇ ਬਲਦੇਵ ਢਿੱਲੋਂ ਨੂੰ ਉਦੋਂ ਕਹੇ ਜਦੋਂ ਉਹ ਦੱਸਦਾ ਹੈ ਕਿ ਬਾਜਵਾ ਦੇ ਇੰਗਲੈਂਡ ਆਉਣ ਬਾਰੇ ਸੁਣ ਕੇ ਉਹ ਕਿੰਨਾ ਗੁੱਸੇ ਵਿੱਚ ਹੇ ਤਾਂ ਇਹਦਾ ਅਨਸਰ ਇਹ ਹੋ ਜਾਏਗਾ ਉਸ ਤੋਂ ਬਾਅਦ ਦੂਸਰਾ ਪ੍ਰਸ਼ਨ ਹੈ ਸਰਨਜੀਤ ਨੂੰ ਬਾਜਵੇ ਤੇ ਕੀ ਸ਼ੱਕ ਸੀ ਤਾਂ ਸਰਨਜੀਤ ਨੂੰ ਜਿਹੜਾ ਹੈਗਾ ਵਾ ਦੇਖ ਲਓ ਕੀ ਹੈ ਬਾਜਵੇ ਤੇ ਕੀ ਸ਼ੱਕ ਸੀ ਤਾਂ ਸਰਨਜੀਤ ਨੂੰ ਸ਼ੱਕ ਸੀ ਕਿ ਉਸਦਾ ਪਤੀ ਬਾਜਵਾ ਜਿਹੜਾ ਹੈਗਾ ਵਾ ਉਸ ਨੂੰ ਦੇਖ ਨਹੀਂ ਸੁਖਾਏਗਾ ਤੇ ਉਸ ਨੂੰ ਮਾਰਨ ਤੱਕ ਜਾ ਸਕਦਾ ਹੈ ਤੇ ਉਸ ਤੋਂ ਬਾਅਦ ਆਪਣਾ ਪ੍ਰਸ਼ਨ ਹੈ ਕਿ ਇਹ ਸ਼ਬਦ ਕਿਸ ਕਾਂਗੇ ਵਿੱਚੋਂ ਲਏ ਗਏ ਹਨ ਤਾਂ ਇਹ ਦੋਸਤੋ ਨੋਰਮਲ ਆ ਆਪਾਂ ਨੂੰ ਪਤਾ ਹੀ ਆ ਜਿਵੇਂ ਕਿ ਇਹ ਸ਼ਬਦ ਜਿਹੜੇ ਹੈਗਾ ਸਮੁੰਦਰੋਪਾਰੀ ਕਾਂਗੇ ਦੇ ਵਿੱਚੋਂ ਲਿੱਤੇ ਗਏ ਆ ਹਨ ਤੇ ਤੁਸੀਂ ਆਹ ਦੇਖ ਵੀ ਸਕਦੇ ਹੋ ਦੋਸਤੋ ਆਹ ਜਿਹੜਾ ਹੈਗਾ ਵਾ ਅਸੀਂ ਤੁਹਾਡੇ ਗਾਈਡ ਦੇ ਵਿੱਚ ਵੀ ਲੱਭਿਆ ਹੋਇਆ ਆਰੇ ਦੋਸਤੋ ਇਕਾਂਗੀ ਦੇ ਵਿੱਚੋਂ ਲਿੱਤੇ ਗਏ ਹਨ ਕਿਸੇ ਇਕਾਂਗੀ ਦੇ ਵਿੱਚ ਹਨ ਸਮੁੰਦਰੋਂ ਪਾਰ ਇਕਾਂਗੀ ਦੇ ਵਿੱਚ ਹੈਗੇ ਆ ਠੀਕ ਹੈ ਜੀ ਤੇ ਆਹ ਤੁਹਾਡਾ ਆਨਸਰ ਹੋ ਗਿਆ ਕਿਸ ਨੂੰ ਕਦੋਂ ਕਹੇ ਆ ਦੇਖ ਲਓ ਦੋਸਤੋ ਇਹ ਸ਼ਬਦ ਸ਼ਰਨਜੀਤ ਬਲਬੇਟੂ ਲੁਨੋਦੋ ਕਹਿੰਦਾ ਹੈ ਇਹ ਸਾਰਾ ਕੁਝ ਇਹਦੇ ਵਿੱਚ ਆਨਸਰ ਇਹਦੋ ਹੀ ਇਥੋ ਹੀ ਦੇਖ ਕੇ ਇਹਨਾਂ ਨੇ ਲਿਖਿਆ ਆਇਆ ਕੀ ਤੇ ਦੇ ਸਖਸੀ ਸ਼ਰਨਜੀਤ ਨੂੰ ਬਜਵੇ ਤੇ ਕੀ ਸਖਸੀ ਤਾਂ ਦੇਖੋ ਇਹਦਾ ਆਨਸਰ ਹੈ ਸ਼ਰਨਜੀਤ ਨੂੰ ਸਖਸੀ ਕਿ ਉਸ ਦਾ ਪਤੀ ਬਾਜਵਾ ਉਸ ਨੂੰ ਦੇਖ ਕੇ ਨਹੀਂ ਸੁਖਾ ਲੇਗਾ ਤੇ ਉਸ ਨੂੰ ਮਰਨ ਤੱਕ ਵੀ ਜਾ ਸਕਦਾ ਹੈ ਤਾਂ ਇਹ ਅਸੀਂ ਜਿਹੜਾ ਹੈਗਾ ਤੁਹਾਡੇ ਗਾਈਡ ਦੇ ਵਿੱਚ ਵੀ ਲੱਭਿਆ ਵਾ ਤੇ ਬਾਕੀ ਇੱਥੇ ਇਹਨਾਂ ਨੇ ਜਿਹੜਾ ਆਨਸਰ ਵਾ ਉਹ ਲਿਖ ਕੇ ਵੀ ਇੱਥੇ ਅਸੀਂ ਤੁਹਾਡੀ ਟੈਰੀ ਕਰਾ ਦਿੱਤੀ ਹੈ ਤੇ ਉਸ ਤੋਂ ਬਾਅਦ ਹੁਣ ਆਪਣਾ ਅਗਲਾ ਕੀ ਹੈ ਦੋਸਤੋ ਅਗਲਾ ਹੈਗਾ ਤੂੰ ਭਈ ਅਗਲਾ ਹੈ ਜਾਂ ਇਹਦੇ ਵਿੱਚ ਆਪਸ਼ਨ ਆ ਇਹ ਤੁਹਾਨੂੰ ਜਿਹੜਾ ਹੈਗਾ ਬਾ ਕਿੰਨੇ ਨੰਬਰਾਂ ਦੀ ਆਏਗੀ ਦੋਸਤੋ ਵਰਤਾਲਾਪ੍ਰਸ਼ਨ ਆ ਤੁਹਾਡਾ ਇਹ ਜਿਹੜੀ ਹੈਗੀ 3 ਮਾਰਕਸ ਦੀ ਤੁਹਾਨੂੰ ਆਏਗੀ ਇੱਕ ਇੱਕ ਨੰਬਰ ਦੇ ਹਰੇਕ ਪ੍ਰਸ਼ਨ ਦਾ ਆ ਤਾਂ ਦੇਖੋ ਹੁਣ ਆਪਣਾ ਅਗਲਾ ਕੀ ਇਥੇ ਨਹੀਂ ਤੁਪਲੇਖੇ ਵਿੱਚ ਰਹਾ ਹੈ ਤਾਂ ਵੀ ਅਸੀਂ ਜਿਹੜਾ ਹੈਗਾ ਤੁਹਾਡਾ ਲਬਲਿਆਵਾ ਆ ਰਿਹਾ ਤੁਹਾਡਾ ਨਹੀਂ ਤੁਪਲੇਖੇ ਵਿੱਚ ਰਹਾ ਹੈ ਠੀਕ ਹੈ ਜੀ ਤਾਂ ਇਹਦਾ ਪਹਿਲਾ ਪ੍ਰਸ਼ਨ ਦੇਖੋ ਕੀ ਹੈ ਦੋਸਤੋ ਇਹ ਸ਼ਬਦ ਕਿਸ ਨੇ ਕਿਸ ਨੂੰ ਅਤੇ ਕਦੋਂ ਕਹੇ ਤਾਂ ਇਹਦਾ ਅਨਸਰ ਆ ਰਿਹਾ ਦੋਸਤੋ ਇਹ ਸ਼ਬਦ ਕਿਸ ਨੂੰ ਅਤੇ ਕਿਸ ਨੂੰ ਕਹੇ ਇਹ ਹਾਂਜੀ ਇਹ ਦੇਖੋ ਦੋਸਤੋ ਇਹ ਵਾਕ ਕਿਸ ਨੇ ਕਿਸ ਨੂੰ ਕਹੇ ਠੀਕ ਹੈ ਜੀ ਤਾਂ ਦੇਖੋ ਦੋਸਤੋ ਇਹਦਾ ਅਨਸਰ ਆ ਜਾਏਗਾ ਆਪਣਾ ਇਹ ਵਾਕ ਕਿਸ ਨੂੰ ਕਿਸ ਨੂੰ ਕਹੇ ਤਾਂ ਤੀਸਰੇ ਦਾ ਆਨਸਰ ਆਏਗਾ ਇਹ ਵਾਕ ਆਵਾਜ਼ ਨੇ ਔਰੰਗਜੀਬ ਨੂੰ ਕਹੇ ਠੀਕ ਹੈ ਜੀ ਇਹ ਜਿਹੜਾ ਹੈਗਾ ਵਾ ਅੰਗਰੇਜ਼ ਨੇ ਜਿਹੜਾ ਹੈਗਾ ਵਾ ਇਹ ਵਾਕ ਆਵਾਜ਼ ਨੇ ਔਰੰਗਜੀਬ ਨੂੰ ਕਹੇ ਤਾਂ ਇਹਦਾ ਆਨਸਰ ਦੋਸਤੋ ਤੁਸੀਂ ਆਹ ਲਿਖ ਲੈਣਾ ਵਾ ਕਿਸ ਨੇ ਕਿਸ ਨੂੰ ਅਤੇ ਕਦੋਂ ਕਹੇ ਤਾਂ ਦੋਸਤੋ ਠੀਕ ਹੈ ਜੀ ਕਦੋਂ ਕਹੇ ਇਹਦਾ ਆਨਸਰ ਇਹਦੇ ਵਿੱਚ ਨਹੀਂ ਦਿੱਤਾ ਹੋਇਆ ਬਸ ਇਹਨਾਂ ਨੇ ਕਿਸ ਨੇ ਤੇ ਕਿਸ ਨੂੰ ਕਹੇ ਆਹੀ ਲਿਖਿਆ ਹੋਇਆ ਵਾ ਜਿਵੇਂ ਕਿ ਆਹ ਦੇਖ ਲਓ ਇਹ ਜਿਹੜਾ ਹੈਗਾ ਵਾ ਆ ਆਵਾਜ਼ ਨੇ ਔਰੰਗਜ਼ੇਬ ਨੂੰ ਕਹੇ ਆਵਾਜ਼ ਨੇ ਜਿਹੜਾ ਹੈਗਾ ਵਾ ਅ ਕਿਹਾ ਠੀਕ ਹੈ ਜੀ ਔਰੰਗਜ਼ੇਬ ਨੂੰ ਤਾਂ ਕਿਸ ਨੇ ਕਹੇ ਮਤਲਬ ਔਰੰਗਜ਼ੇਬ ਨੇ ਕਿਸ ਨੂੰ ਕਹੇ ਆਪਣਾ ਜਿਹੜਾ ਹੈਗਾ ਵਾ ਆਵਾਜ਼ ਕਿਸ ਨੇ ਮਤਲਬ ਜਿਹੜਾ ਹੈਗਾ ਵਾ ਇੱਥੇ ਕਿਸ ਨੇ ਕਹਣਾ ਜਿਹੜਾ ਹੈ ਆਵਾਜ਼ ਤੇ ਕਿਸ ਨੂੰ ਯਾਨੀ ਕਿ ਔਰੰਗਜ਼ੇਬ ਠੀਕ ਹੈ ਜੀ ਤੇ ਕਦੋਂ ਕਹੇ ਇਹਦਾ ਆਨਸਰ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸੋ ਕਿ ਇਹ ਕਦੋਂ ਕਹੇ ਗਏ ਸੀ ਤਾਂ ਇਹਦਾ ਆਨਸਰ ਤੁਸੀਂ ਦੱਸਣਾ ਵਾ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਅੱਗੇ ਦੋਸਤੋ ਅਸ਼ੋਕ ਤੇ ਅਕਬਰ ਨੇ ਆਪਣੀ ਰਾਜ ਦੀਆਂ ਨੀਵਾਂ ਜਿਹੜੀ ਹੈਗੀਆਂ ਨੀਹਾਂ ਕਿਵੇਂ ਪੱਕੀਆਂ ਕੀਤੀਆਂ ਸਨ ਤਾਂ ਆਨਸਰ ਇਹਦਾ ਆ ਜਾਏਗਾ ਦੋਸਤੋ ਆ ਦੇਖ ਲਓ ਤਾਂ ਇਹਦਾ ਆਨਸਰ ਦੋਸਤੋ ਇਹਦਾ ਆਨਸਰ ਇਹੀ ਆਵੇਗਾ ਕਿ ਭਾਈ ਜਿਹੜਾ ਹੈਗਾ ਵਾ ਲੋਕਾਂ ਦੇ ਦਿਲ ਜਿੱਤ ਕੇ ਠੀਕ ਹੈ ਜੀ ਜਿਹੜਾ ਸੀਗਾ ਇੱਥੇ ਵੀ ਆਨਸਰ ਲਿਖਿਆ ਹੋਇਆ ਦੇਖੋ ਆ ਰਿਹਾ ਭਾਈ ਲੋਕਾਂ ਦੇ ਦਿਲ ਜਿੱਤ ਕੇ ਜਿਹੜੀਆਂ ਗਿਆ ਨੇ ਨੀਹਾਂ ਪੱਕੀਆਂ ਕੀਤੀਆਂ ਠੀਕ ਹੈ ਜੀ ਤਾਂ ਇਹਦਾ ਆਨਸਰ ਤੁਸੀਂ ਸਿੰਪਲੀ ਆਹੀ ਲਿਖ ਲਓ ਅਸ਼ੋਕ ਤੇ ਅਕਬਰ ਨੇ ਆਪਣੇ ਰਾਜ ਦੀਆਂ ਨੀਵੇਂ ਕਿਵੇਂ ਪੱਕੀਆਂ ਕੀਤੀਆਂ ਜਿਹੜਾ ਹੈਗਾ ਵਾ ਲੋਕਾਂ ਦੇ ਦਿਲ ਜਿੱਤ ਕੇ ਅੱਗੇ ਆਪਣਾ ਪ੍ਰਸ਼ਨ ਬਈ ਕੀ ਔਰੰਗਜ਼ੇਬ ਦੀ ਹਕੂਮਤ ਤੋਂ ਦੁਖੀ ਕਿਹੜੇ ਲੋਕਾਂ ਦਾ ਜ਼ਿਕਰ ਕੀਤਾ ਗਿਆ ਹੈ ਤਾਂ ਦੋਸਤੋ ਇਹਦਾ ਆਨਸਰ ਆ ਜਾਏਗਾ ਆ ਦੇਖ ਲਓ ਆਹੀ ਪ੍ਰਸ਼ਨ ਨਾ ਕੌਣ ਜਿਹੜੇ ਹੈਗੇ ਦੁਖੀ ਸਨ ਤਾਂ ਦੋਸਤੋ ਸਿੱਖ ਮਰਾਠੇ ਰਾਜਪੂਤ ਸੰਤ ਸਾਧੂ ਅਸੀਆ ਸੂਫੀ ਤੇ ਕੁੱਲ ਜਿਹੜੇ ਹੈਗਾ ਵਾ Hindu ਜਾਤੀ ਤਾਂ ਇਹਦਾ ਆਨਸਰ ਤੁਸੀਂ ਆਹ ਲਿਖ ਦੇਣਾ ਵਾ ਉਸ ਤੋਂ ਬਾਅਦ ਹੁਣ ਆਪਣਾ 11ਵਾਂ ਪ੍ਰਸ਼ਨ ਹੈ ਤਾਂ ਦੇਖੋ 11ਵਾਂ ਪ੍ਰਸ਼ਨ 6 ਅੰਕ ਦਾ ਤੁਹਾਨੂੰ ਹੈਗਾ ਵਾ ਕਿਸੇ ਜਿਹੜਾ ਹੈਗਾ ਵਾ ਪਾਤਰ ਚਿੱਤਰ ਲਿਖਣਾ ਵਾ ਕਿਦੇ ਜਿਹੜੇ ਨਾਵਲ ਦੇ ਨੇ ਠੀਕ ਹੈ ਜੀ ਇੱਕ ਹੋਰ ਨਵਾਂ ਸਾਲ ਨਾਵਲ ਦੇ ਵਿੱਚ ਜਿਹੜਾ ਹੈਗਾ ਵਾ ਤੁਹਾਡਾ ਫੂਮਣ ਦਾ ਪਾਤਰ ਚਿੱਤਰਣ ਲਿਖਣਾ ਵਾ 6 ਅੰਕ ਦਾ ਤੁਹਾਨੂੰ ਆਏਗਾ ਤਾਂ ਦੇਖੋ ਆਨਸਰ ਕੀ ਹੈ ਸਭ ਤੋਂ ਪਹਿਲਾਂ ਆਪਣਾ ਆਰਿਆ ਫੂਮਣ ਤਾਂ ਫੂਮਣ ਇੱਕ ਹੋਰ ਨਵਾਂ ਸਾਲ ਨਾਵਲ ਦੇ ਇੱਕ ਗੋਣ ਪਾਤਰ ਹੈ ਉਹ ਇਸ ਨਾਵਲ ਦੇ ਮੁੱਖ ਪਾਤਰ ਬੰਤੇ ਤੇ ਉਸ ਦੀ ਪਤਨੀ ਦਾ ਵੱਡਾ ਪੁੱਤਰ ਹੈ ਉਸ ਦੀਆਂ ਦੋ ਛੋਟੀਆਂ ਭੈਣਾਂ ਵੀ ਹਨ ਉਹ ਤੀਜੀ ਜਮਾਤ ਵਿੱਚ ਪੜਦਾ ਹੈ ਮਾਪੇ ਪ ਦੀਆਂ ਆਸਾ ਦਾ ਕੇਂਦਰ ਫੂਮਣ ਹੋਰ ਨਾ ਬੱਚਿਆ ਬੰਗ ਹੀ ਆਪਣੇ ਮਾਪੇ ਪਾਪ ਦੀਆਂ ਆਸ ਦਾ ਕੇਂਦਰ ਹੈ ਇਸ ਕਰਕੇ ਬੰਤਾ ਉਸ ਨੂੰ ਖੂਬ ਜਿਹੜਾ ਹੈਗਾ ਪੜਾਉਣਾ ਚਾਹੁੰਦਾ ਹੈ ਉਹ ਨਹੀਂ ਚਾਹੁੰਦਾ ਹੈ ਕਿ ਉਸ ਜਿਹੜਾ ਹੈਗਾ ਉਹ ਨਹੀਂ ਚਾਹੁੰਦਾ ਕਿ ਉਹ ਵੀ ਉਸ ਵਾਂਗ ਅਨਪੜ੍ਹ ਰਹੇ ਤੇ ਰਿਕਸ਼ਾ ਚਲਾਵੇ ਉਹ ਚਾਹੁੰਦਾ ਹੈ ਕਿ ਉਹ ਪੜ੍ਹ ਲਿਖ ਕੇ ਕੋਈ ਚੰਗਾ ਕੰਮ ਕਰੇ ਉਸ ਨੂੰ ਆਸ ਹੈ ਕਿ ਉਸ ਦੇ ਵੱਡੇ ਹੋ ਜਾਣ ਤੇ ਉਸ ਦਾ ਜਿਹੜਾ ਹੈਗਾ ਗਰੀਬੀ ਕੱਟੀ ਜਾਵੇਗੀ ਪੜਾਈ ਵਿੱਚ ਰੁਚੀ ਰੱਖਣ ਵਾਲਾ ਫੁਮਨ ਪੜ੍ਹਨ ਲਿਖਣ ਵਿੱਚ ਰੁਚੀ ਰੱਖਦਾ ਹੈ ਜਦੋਂ ਬੰਤਾ ਦੁਪਹਿਰੇ ਘਰ ਆਉਂਦਾ ਹੈ ਤਾਂ ਉਹ ਉਸ ਦੇ ਅੱਗੇ ਆਪਣੀ ਕਿਤਾਬ ਰੱਖ ਕੇ ਉਸ ਨੂੰ ਪੜਾਉਣ ਲਈ ਕਹਿੰਦਾ ਹੈ ਜਗਿਆਸੂ ਰੁਚੀ ਵਾਲਾ ਫੁਮਣ ਦੀਆਂ ਨਵੀਆਂ ਗੱਲਾਂ ਨੂੰ ਸਮਝਣ ਦੀ ਜਗਿਆਸਾ ਵੀ ਹੈ ਠੀਕ ਹੈ ਜੀ ਤੇ ਬਈ ਉਹ ਜਿਹੜਾ ਹੈਗਾ ਨਾ ਬੰਤੇ ਨੂੰ ਮਹਾਨ ઋષਿਮੁਨੀ ਮਾਨ ਕਮੰਡ ਲੋਕਰਾਜ ਗਰੀਬੀ ਪਰਣ ਅਤੇ ਜਿਹੜਾ ਹੈਗਾ ਵਾ ਬਲਾ ਆਦ ਦਾ ਮਤਲਬ ਪੁੱਛਦਾ ਹੈ ਜਦੋਂ ਬੰਤਾ ਉਸ ਨੂੰ ਕੋਈ ਗੱਲ ਨਹੀਂ ਸਮਝਾਉਂਦਾ ਹੈ ਤਾਂ ਉਸ ਉਹ ਕਹਿੰਦਾ ਹੈ ਕਿ ਚੱਲ ਬਾਪੂ ਰਹਿਣ ਦੇ ਰਹਿਣ ਦੇ ਜੇ ਤੈਨੂੰ ਨਹੀਂ ਆਂਦਾ ਮੈਂ ਮਾਸਟਰ ਤੋਂ ਪੁੱਛ ਲਵਾਂ ਇਸ ਜਗਿਆਸੀ ਜਗਿਆਸੂ ਰੁਚੀ ਕਾਰਨ ਹੋ ਹੀ ਜਿਹੜਾ ਹੈਗਾ ਵਾ ਬੰਤੇ ਤੋਂ ਬਾਤ ਸੁਣਨ ਲਈ ਦੇਰ ਰਾਤ ਤੱਕ ਜਾਗਦਾ ਰਹਿੰਦਾ ਹੈ ਉਹ ਬੰਦੇ ਨੂੰ ਪੁੱਛਦਾ ਹੈ ਕਿ ਨਵਾਂ ਸਾਲ ਕੀ ਹੁੰਦਾ ਹੈ ਉਹ ਕਿਉਂ ਨਹੀਂ ਇਸ ਦਿਨ ਜਿਹੜਾ ਹੈਗਾ ਹੋਰਨਾ ਵਾਂਗ ਖੂਬ ਖਾਂਦੇ ਪਿੰਦੇ ਤੇ ਨੱਚਦੇ ਕੁੱਦ ਦੇ ਹਾਜ਼ਰ ਜਵਾਬ ਉਹ ਬੇਸ਼ੱਕ ਬੱਚਾ ਹੈ ਪਰ ਉਸ ਦੀ ਗੱਲ ਵਿੱਚ ਹਾਜ਼ਰ ਜਵਾਬੀ ਹੈ ਜਦੋਂ ਬੰਤਾ ਬਾਤ ਸੁਣਨ ਤੋਂ ਬਚਣ ਲਈ ਕਹਿੰਦਾ ਹੈ ਕਿ ਅੱਜ ਕੱਲ ਰਾਜੇ ਦੇ ਬੇਟੇ ਨਹੀਂ ਹੁੰਦੇ ਤਾਂ ਉਹ ਇੱਕਦਮ ਕਹਿੰਦਾ ਹੈ ਹੁੰਦੇ ਐ ਤੂੰ ਝੂਠ ਆਨੇ ਬੀਬੀ ਮੈਨੂੰ ਕਹਿੰਦੀ ਹੁੰਦੀ ਹੈ ਰਾਜਾ ਬੇਟਾ ਹਸ ਰਸ ਪੈਦਾ ਕਰਨ ਵਾਲਾ ਉਸ ਦੀ ਕੋ ਕੀ ਰੁਚੀ ਤੇ ਹਾਜ਼ਰ ਜਵਾਬੀ ਨਾਲ ਜਿਹੜਾ ਕੀ ਹੈ ਨਾਵਲ ਵਿੱਚ ਹਸ ਰਸ ਪੈਦਾ कर दी है तਹੀਂ ਤੁਹਾਡਾ ਅਨਸਰ ਹੋ ਜਾਏਗਾ ਉਸ ਤੋਂ ਬਾਅਦ ਹੈ ਆਪਣਾ ਤਾਰੋ ਤਾਰੋ ਦਾ ਜਿਹੜਾ ਹੈਗਾ ਪਾਤਰ ਚਿੱਤਰਣ ਦੇਖ ਲੈਣੇ ਆ ਤਾਂ ਦੇਖੋ ਅਨਸਰ ਕੀ ਹੈ ਤਾਰੋ ਤਾਂ ਤਾਰੋ ਇੱਕ ਹੋਰ ਨਵਾਂ ਸਾਲ ਨਵਲ ਦੇ ਮੁੱਖ ਪਾਤਰ ਬੰਤੇ ਦੀ ਪਤਨੀ ਹੈ ਉਸ ਦੇ ਜਿਹੜੇ ਹੈਗੇ ਤਿੰਨ ਬੱਚੇ ਹਨ ਇੱਕ ਮੁੰਡਾ ਫੁਮਣ ਤੇ ਦੋ ਧੀਆਂ ਹਨ ਉਹ ਬੰਤੇ ਦੀ ਮਾਮੀ ਦੀ ਭਤੀਜੀ ਏਸੀ ਠੀਕ ਹੈ ਜੀ ਉਹ ਬੰਤੇ ਦੀ ਮਾਮੀ ਦੀ ਪਤੀ ਜੀ ਸੀ ਤਾਰੋ ਠੀਕ ਹੈ ਜੀ ਤੇ ਜਦੋਂ ਵਿਆਹ ਹੀ ਆਈ ਸੀ ਤਾਂ ਉਹ ਬਹੁਤੀ ਜਿਹੜੀ ਕਿ ਸੋਹਣੀ ਸੀ ਉਸ ਦਾ ਮੂੰਹ ਵੀ ਜਿਹੜਾ ਹੈਗਾ ਭੋਲਾਪਾਲਾ ਸੀ ਸਹੁਰੇ ਘਰ ਵਿੱਚ ਉਸ ਦੀ ਆਪਣੀ ਸੱਸ ਨਾਲ ਨਹੀਂ ਸੀ ਬਣਦੀ ਜਿਸ ਕਰਕੇ ਉਹ ਜਿਹੜੀ ਹੈਗੀ ਅਲੱਗ ਪਿੰਡ ਵਿੱਚ ਰਹਿੰਦੀ ਹੈ ਫੂਮਨ ਨੂੰ ਜਨਮ ਦਿਨ ਮਗਰੋਂ ਉਸ ਦੀ ਸਿਹਤ ਜਿਹੜੀ ਕਿ ਖਰਾਬ ਰਹਿਣ ਲੱਗਦੀ ਹੈ ਜਿਸ ਦਾ ਉਹ ਜਿਹੜਾ ਹੈਗਾ ਵਾ ਪਤੀ ਬੰਤੇ ਨੂੰ ਬਹੁਤੀ ਫਿਕਰ ਰਹਿੰਦਾ ਹੈ ਠੀਕ ਹੈ ਜੀ ਹੁਣ ਦੁਬਾਰਾ ਪਰ ਕੀ ਹੈ ਜਿਸ ਕਰਕੇ ਉਹ ਅਲੱਗ ਜਿਹੜਾ ਹੈਗਾ ਵਾ ਹਾਂਜੀ ਜਿਸ ਦਾ ਉਸ ਦੇ ਪਤੀ ਬੰਤੇ ਨੂੰ ਫਿਕਰ ਰਹਿੰਦਾ ਹੈ ਕਾਫੀ ਬਿਮਾਰਨ ਦੀ ਤਾਂ ਉਸ ਲਈ ਠੀਕ ਹੈ ਜੀ ਅਸਲ ਵਿੱਚ ਸਾਰੇ ਘਰ ਆਕੇ ਉਸ ਦੀ ਉਸ ਨੂੰ ਇਸ ਗੱਲ ਦਾ ਜਿਹੜਾ ਹੈਗਾ ਸਦਮਾ ਲੱਗਾ ਸੀ ਕਿ ਉਸ ਦੀ ਜਿਹੜੀ ਹੈਗੀ ਆ ਸੱਸ ਸੀ ਯਾਨੀ ਕਿ ਬੰਤੇ ਦੀ ਮਾਂ ਠੀਕ ਹੈ ਜੀ ਉਸ ਦੇ ਦਾਜ ਵਾਲੇ ਟਰੰਕ ਵਿੱਚੋਂ ਕੱਪੜੇ ਕੱਟ ਕੇ ਆਪਣੀਆਂ ਧੀਆਂ ਨੂੰ ਦੇ ਦਿੱਤੇ ਸਨ ਉਸ ਨੂੰ ਜਿਹੜਾ ਹੈਗਾ ਬੰਤੇ ਦੇ ਸਿਰ ਜਿਹੜੇ ਕਰਜ਼ੇ ਦਾ ਵੀ ਦੁੱਖ ਤੇ ਰੋਸ ਹੈ ਇਸ ਗੱਲ ਤੋਂ ਹੋਈ ਖੈਬੜ ਉਹ ਦੇ ਸਿੱਟੇ ਵਜੋਂ ਇੱਕ ਵਾਰ ਬੰਤੇ ਨੇ ਉਸਦੇ ਦੋ ਤਿੰਨ ਜਿਹੜੇ ਗਏ ਧੱਫੇ ਵੀ ਮਾਰ ਦਿੱਤੇ ਸਨ ਇਸੇ ਘਟਨਾ ਨੂੰ ਉਸਨੇ ਐਨਾ ਮਨ ਨੂੰ ਤੇ ਲਾਇਆ ਕਿ ਮਗਰੋਂ ਬੰਤੇ ਨੇ ਕਦੇ ਉਸਦੇ ਚਿਹਰੇ ਉੱਤੇ ਖੁਸ਼ੀ ਨਾ ਦੇਖੀ ਬੰਤੇ ਨੂੰ ਜੱਪਦਾ ਸੀ ਜਿਵੇਂ ਉਸਨੇ ਉਸ ਨੂੰ ਕਦੇ ਮਾਫ਼ ਨਹੀਂ ਕੀਤਾ ਉਹ ਚੁੱਪਚਾਪ ਰਹਿੰਦੀ ਸੀ ਤੇ ਬੰਤਾ ਇਸ ਦਾ ਮੁੱਖ ਕਾਰਨ ਕਰਦੀ ਗਰੀਬੀ ਸਮਝਦਾ ਸੀ ਉੰਜ ਹੋ ਇੱਕ ਜ਼ਿੰਮੇਵਾਰ ਔਰਤ ਤੇ ਫਰਜ਼ ਨਿਭਾਉਂਦੀ ਹੋਈ ਆਪਣੇ ਤਿੰਨ ਬੱਚਿਆਂ ਨੂੰ ਪਾਲਣ ਤੋਂ ਇਲਾਵਾ ਇੱਕ ਸਕੂਲ ਮਾਸਟਰ ਦੇ ਘਰ ਜਾ ਕੇ ਕੰਮ ਕਰਦੀ ਤੇ ਕੁਝ ਕਮਾ ਕੇ ਲਿਆਉਂਦੀ ਉਹ ਬੰਤੇ ਦੇ ਰੋਕਣ ਦੇ ਬਾਵਜੂਦ ਵੀ ਇਹ ਕੰਮ ਛੱਡਣ ਲਈ ਰਾਜ਼ੀ ਨਹੀਂ ਹੁੰਦੀ ਔਂਜ ਉਹ ਆਪਣੇ ਪਤੀ ਬੰਤੇ ਵੱਲ ਜਿਹੜੇ ਗਿਆ ਬੇਪਵਾਹੀ ਠੀਕ ਹੈ ਜੀ ਬੇਪਰਵਾਹੀ ਨਹੀਂ ਵਰਤਦੀ ਸੱਗੋ ਉਸ ਦਾ ਥਕੇਵਾਂ ਲਾਉਣ ਲਈ ਉਹ ਉਸ ਦੀ ਲੱਤਾ ਕੁੱਟਦੀ ਹੈ ਤਾਂ ਇਹ ਤੁਹਾਡਾ ਆਨਸਰ ਹੋ ਗਿਆ ਉਸ ਤੋਂ ਬਾਅਦ ਹੈ ਆਪਣਾ ਪ੍ਰਸ਼ਨ ਹੇਠ ਲਿਖੇ ਵਰਤਾਲਾਪਾ ਵਿੱਚੋਂ ਕਿਸੇ ਇੱਕ ਪ੍ਰਸੰਗ ਸਹਿਤ ਵਿਆਖਿਆ ਕਰੋ ਯਾਨੀ ਕਿ ਪੰਜ 3 ਮਾਰਕਸ ਦੀ ਆਉਣੀ ਹੈ ਤੁਹਾਨੂੰ ਠੀਕ ਹੈ ਜੀ ਤਾਂ ਦੇਖੋ ਕੀ ਹੈ ਸਭ ਤੋਂ ਪਹਿਲਾਂ 1 2 3 ਮਾਰਕਸ ਦਾ ਇਹ ਤੁਹਾਡਾ ਦਿੱਤਾ ਹੋਇਆ ਵਾ ਕੋਈ ਇੱਕ ਕਰਨਾ ਵਾ ਮਤਲਬ 1 ਨੰਬਰ ਤੁਹਾਨੂੰ ਪ੍ਰਸੰਗ ਦੀ ਆ 2 ਨੰਬਰ ਤੁਹਾਨੂੰ ਵਿਆਖਿਆ ਦੀ ਮਿਲਣੀ ਹੈ ਤਾਂ ਸਾਡੇ ਕੋਲ ਦੇਖੋ ਕੀ ਹੈ ਸਭ ਤੋਂ ਪਹਿਲਾਂ ਸਾਡੇ ਕੋਲ ਬੇਹਲ ਕਿੱਥੇ ਬਾਤਾਂ ਸੁਣਨ ਦੀ ਛੋਟੇ ਹੁੰਦੀਆਂ ਸੁਣਦੇ ਸੀ ਬੇਬੇ ਕੋ ਲੋ ਤਾਂ ਇਹਦੇ ਦੇਖੋ ਤੁਹਾਨੂੰ ਅਨਸਰ ਆਹੀ ਤੁਹਾਡਾ ਹੈਗਾ ਵਸੇਮ ਪ੍ਰਸ਼ਨ ਆ ਦੇਖ ਲਓ ਠੀਕ ਹੈ ਜੀ ਪ੍ਰਸੰਗ ਕੀ ਹੈ ਇਹ ਸ਼ਬਦ ਨਿਰੰਜਨ ਤਸਨੀਬ ਦੇ ਨਾਵਲ ਇੱਕ ਹੋਰ ਨਾਵਾਂ ਸਾਲ ਬੰਤੇ ਦੀ ਇੱਕ ਪੁਰਾਣੀ ਯਾਦ ਨਾਲ ਸੰਬੰਧਿਤ ਹਨ ਜਦੋਂ ਇੱਕ ਬੰਤਾ ਉਸਦੇ ਰਿਕਸ਼ੇ ਵਿੱਚ ਬੈਕ ਕੇ ਉਸ ਨੂੰ ਪੁੱਛਣ ਲੱਗਾ ਸੀ ਕਿ ਉਸ ਕਹਾਣੀ ਉਹ ਜਿਹੜਾ ਕਹਾਣੀ ਸੁਨੇਗਾ ਤਾਂ ਬੰਤੇ ਨੇ ਉਤਰ ਵਿੱਚ ਇਹ ਸ਼ਬਦ ਕਹੇ ਸਨ ਜਦੋਂ ਇੱਕ ਬੰਦਾ ਠੀਕ ਹੈ ਜੀ ਇੱਥੇ ਬੰਦਾ ਵਾ ਜਦੋਂ ਬੰਦਾ ਉਸ ਦੇ ਰਿਕਸ਼ੇ ਵਿੱਚ ਬਹਿ ਕੇ ਉਸ ਨੂੰ ਪੁੱਛਣ ਲੱਗਾ ਕੀ ਪੁੱਛਣ ਲੱਗਾ ਸੀ ਕਿ ਉਹ ਕਹਾਣੀ ਸੁਨੇਗਾ ਤਾਂ ਬੰਤੇ ਨੇ ਉੱਤਰ ਵਿੱਚ ਇਹ ਸ਼ਬਦ ਕਹੇ ਸਨ ਵਿਆਖਿਆ ਕੀ ਹੈ ਬੰਤੇ ਨੇ ਕਿਹਾ ਸੀ ਕਿ ਉਸ ਕੋਲ ਬਾਤਾਂ ਸੁਣਨ ਦੀ ਵੇਲ ਹੀ ਨਹੀਂ ਉਹ ਕਦੇ ਛੋਟੇ ਹੁੰਦੇ ਬੇਬੇ ਕੋਲੋਂ ਬਾਤਾਂ ਸੁਣਦਾ ਹੁੰਦਾ ਸੀ ਉਸ ਤੋਂ ਬਾਅਦ ਆਪਣਾ ਹੈਗਾ ਵਾ ਕਿ ਖੇਡਿਆ ਮੱਲਿਆ ਕਰਨਾ ਬੱਚਿਆਂ ਨਾਲ ਤੂੰ ਤਾਂ ਉਹਨਾਂ ਨੂੰ ਬੁਲਾਉਂਦੀ ਹੀ ਨਹੀਂ ਠੀਕ ਹੈ ਜੀ ਤਾਂ ਇਸ ਦਾ ਆਨਸਰ ਦੇਖ ਲਓ ਕੀ ਹੈ ਆਹਰੀ ਅਦੁੱਤੋ ਤੁਹਾਡਾ ਇਹ ਸ਼ਬਦ ਨਿਰੰਝਨ ਤਸਨੀਮ ਦੇ ਨਾਂ ਵਾਲੀ ਖ਼ੋਰ ਨਵਾਂ ਸਾਲ ਨਵਾਂ ਸਾਲ ਵਿੱਚ ਕੁਸਮ ਦੇ ਵਡੇਰੀ ਉਮਰ ਦੇ ਬਾਪ ਨੇ ਆਪਣੀ ਜਵਾਨ ਪਤਨੀ ਨੂੰ ਉਦੋਂ ਕਹੇ ਜਦੋਂ ਉਹ ਕਹਿੰਦੀ ਹੈ ਕਿ ਉਸ ਨੂੰ ਚੰਗੇ ਕੱਪੜੇ ਪਾਉਣੇ ਚੰਗੇ ਨਹੀਂ ਲੱਗਦੇ ਤੇ ਉਸ ਨੂੰ ਭੁੱਖ ਵੀ ਨਹੀਂ ਲੱਗਦੀ ਵੇਖਿਆ ਕੀ ਹੈ ਵਡੇਰੀ ਉਮਰ ਦਾ ਪਤੀ ਆਪਣੀ ਜਵਾਨ ਪਤਨੀ ਨੂੰ ਕਹਿੰਦਾ ਹੈ ਕਿ ਉਹ ਉਸ ਦੇ ਬੱਚਿਆਂ ਨਾਲ ਖੇਡ ਮੱਲ ਕੇ ਖੁਸ਼ ਰਿਹਾ ਘਰ ਪਰ ਉਹ ਤਾਂ ਉਹਨਾਂ ਨੂੰ ਬੁਲਾਉਂਦੀ ਵੀ ਨਹੀਂ ਇਹ ਠੀਕ ਨਹੀਂ ਤਾਂ ਇਹ ਤੁਹਾਡਾ ਜਿਹੜਾ ਹੈਗਾ ਆਨਸਰ ਹੋ ਗਿਆ ਇਸ ਤੋਂ ਬਾਅਦ ਦੇਖ ਲਓ ਕੁਝ ਵੀ ਤੁਹਾਡਾ ਨਹੀਂ ਬਚਿਆ ਵਾ ਸਾਰਾ ਦਾ ਸਾਰਾ ਪ੍ਰਸ਼ਨ ਪੱਤਰ ਜਿਹੜਾ ਹੈਗਾ ਅਸੀਂ ਸੋਲਵ ਕਰ ਲਿਆ ਇੱਥੇ ਹੀ ਦੋਸਤੋ ਇਹ ਤੁਹਾਡਾ ਜਿਹੜਾ ਹੈਗਾ ਪੇਪਰ ਪੂਰਾ ਹੀ ਖਤਮ ਹੁੰਦਾ ਵਾ ਅਸੀਂ ਜਿਹੜਾ ਹੈਗਾ ਤੁਹਾਡਾ ਇਹ ਜਮਾਤ 10ਵੀਂ ਵਾਲਿਆਂ ਦਾ ਜਿਹੜਾ ਹੈਗਾ ਇੱਕ ਇਹ ਪੇਪਰ ਸੀਗਾ ਠੀਕ ਹੈ ਜੀ ਪੰਜਾਬੀ A ਦਾ ਜਿਹੜਾ ਪੇਪਰ ਤੁਹਾਡਾ 13 ਫਰਵਰੀ ਨੂੰ ਹੋਣਾ ਵਾ ਪੂਰਾ ਦਾ ਪੂਰਾ ਪੇਪਰ ਪਿਛਲੇ ਸਾਲ ਦਾ ਇਹ ਪੇਪਰ ਸੀਗਾ ਅਸੀਂ ਸੋਲਵ ਕਰਕੇ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤਾ ਹੈ ਠੀਕ ਹੈ ਜ ਇਸ ਪੇਪਰ ਤੋਂ ਵੀ ਤੁਹਾਡੀ ਜਿਹੜੀ ਹੈ ਤਿਆਰੀ ਕਰਾ ਦਈਏ ਪੰਜਾਬੀ A ਦਾ ਸ਼ਾਂਤੀ ਗੈਸ ਪੇਪਰ ਦੋਸਤੋ ਜਿਹੜਾ ਹੈਗਾ ਅਸੀਂ ਲੈ ਕੇ ਆ ਰਹੇ ਹਾਂ ਬਹੁਤ ਹੀ ਜਲਦ ਉਦੋਂ ਤੋਂ ਵੀ ਤੁਹਾਡੀ ਜਿਹੜੀ ਹੈਗਾ ਆਪਾਂ ਤਿਆਰੀ ਕਰਾ ਦਿੰਨੇ ਹਾਂ ਬਾਕੀ ਦੋਸਤੋ ਤੁਸੀਂ ਚਾਹੋਗੇ ਕਿ ਕੁਝ ਹੋਰ ਵੀ ਅਸੀਂ ਜਿਹੜੇ ਪੇਪਰ ਸੋਲਵ ਕਰਕੇ ਹੋਰ ਵੀ ਤੁਹਾਡੀ ਤਿਆਰੀ ਕਰਾ ਦਈਏ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਬਾਕੀ ਸ਼ਾਂਤੀ ਗੈਸ ਪੇਪਰ ਪੱਕਾ ਆ ਰਿਹਾ ਹੈ ਓਕੇ ਦੋਸਤੋ ਚਲੋ ਠੀਕ ਹੈ ਜੀ 올 ਦਾ ਬੈਸਟ ਤੁਹਾਡੇ ਐਗਜ਼ਾਮ ਦੇ ਲਈ